ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਹਮੇਸ਼ਾ ਤੁਹਾਡੇ ਨਾਲ ਨਵੇਂ ਸਰੋਕਾਰਾਂ ਦੇ ਉੱਤੇ ਇੱਕ ਸਾਂਝ ਜਿਹੜੀ ਹੈ ਉਹ ਬਣਾਈ ਹੈ। ਬਹੁਤਾਤ ਦੇ ਵਿੱਚ ਤੁਹਾਨੂੰ ਕਈ ਵਾਰੀ ਕੰਪਲੇਂਟ ਰਹਿੰਦੀ ਹੈ ਕਿ ਤੁਹਾਨੂੰ ਪੂਰਾ ਸਮਾਂ ਜਿਹੜਾ ਕਾਲਜ ਵਾਸਤੇ ਨਹੀਂ ਮਿਲਦਾ, ਪਰ ਅੱਜ ਅਸੀਂ ਤੁਹਾਨੂੰ ਪੂਰਨ ਰੂਪ ਦੇ ਵਿੱਚ ਸੰਪੂਰਨ ਅੱਜ ਦੇ ਵਿਸ਼ੇ ਦੇ ਉੱਤੇ ਸਮਾਂ ਜ਼ਰੂਰ ਦੇਵਾਂਗੇ, ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹ ਇਕੱਲੇ ਪੰਜਾਬੀਆਂ ਦਾ, ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਦਾ ਨਹੀਂ, ਸਗੋਂ ਦੁਨੀਆ ਭਰ ਦੇ ਵਿੱਚ ਵਸਦੇ, ਪ੍ਰਵਾਸ ਦੇ ਵਿੱਚ ਵਸਦੇ ਪ੍ਰਵਾਸੀਆਂ ਦੇ ਪੱਛੇ ਹੋਏ ਦਿਲ ਜਿਹੜੇ ਨੇ ਉਹ ਉਹਨਾਂ ਦੇ ਨਾਲ ਇੱਕ ਸਾਰਥਕ ਸਾਂਝ ਜਿਹੜਾ ਹੈ ਉਹ ਅੱਜ ਦਾ ਵਿਸ਼ਾ ਰੱਖਦਾ ਹੈ। ਮਾਮਲਾ ਬਰਗਾੜੀ ਕਾਂਡ ਅਤੇ ਬਹਿਬਲ ਕਲਾ ਗੋਲੀ ਕਾਂਡ ਦੇ ਨਾਲ ਸੰਬੰਧਿਤ ਹੈ, ਔਰ ਮੈਂ ਸਮਝਾਂਗਾ ਕਿ ਪਿਛਲੇ ਕਾਫੀ ਲੰਬੇ ਸਮੇਂ ਦੇ ਉੱਤੋਂ ਇਸ ਦੇ ਉੱਤੇ ਇੱਕ ਰਾਜਨੀਤੀ ਚੱਲ ਰਹੀ ਹੈ, ਔਰ ਪਿਛਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਪੰਜਾਬ ਦੀਆਂ ਉਹ ਵੀ ਖਾਸ ਤੌਰ ਦੇ ਉੱਤੇ ਇਸ ਘਟਨਾ ਨੂੰ ਏਜੰਡਾ ਬਣਾ ਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਲੜੀਆਂ। ਅੱਜ ਇਸ ਕਾਂਡ ਦੇ ਵਿੱਚੋਂ ਲੋਕ ਸਭਾ ਚੋਣਾਂ ਦੇ ਨਫੇ ਨੁਕਸਾਨ ਜਿਹੜੇ ਨੇ ਉਹ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਉਹ ਆਪਣੇ ਮਨ ਮੰਦਰਾਂ ਦੇ ਵਿੱਚ ਉਲੀਕ ਰਹੀਆਂ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਸਵਾਲ ਅੱਜ ਇਹ ਪੈਦਾ ਹੁੰਦਾ ਕਿ ਕੀ ਬਰਗਾੜੀ ਅਤੇ ਬਹਿਬਲ ਕਲਾ ਕਾਂਡ ਦਾ ਸੱਚ ਜਿਹੜਾ ਉਹ ਸਾਹਮਣੇ ਆ ਸਕੇਗਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਜਿਹੜੇ ਨੇ ਉਹ ਇਸ ਗੱਲ ਤੋਂ ਏਡੇ ਵੱਡੇ ਪੱਧਰ ਦੇ ਉੱਤੇ ਖਫਾ ਨੇ ਕਿ ਪਿਛਲੇ 10 ਸਾਲ ਦੇ ਅਕਾਲੀ ਦਲ ਦੇ ਰਾਜ ਦੌਰਾਨ ਹੋਈਆਂ ਕੁਤਾਹੀਆਂ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਆਪਣੇ ਖਾਤਿਆਂ ਦੇ ਵਿੱਚ ਕਿਉਂ ਨਹੀਂ ਲਿਆਉਂਦੇ। ਇਹ ਕਿਹੜੀਆਂ ਸਕੀਰੀਆਂ, ਇਹ ਕਿਹੜੀਆਂ ਸਾਂਝਾਂ ਨੇ ਜਿਨ੍ਹਾਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਮੁਹੱਬਤ ਦਾ ਮਲੰਮਾ ਜਿਹੜਾ ਉਹ ਚਾੜ ਦਿੱਤਾ ਗਿਆ, ਕਿਹੜੀਆਂ ਮਜ਼ਬੂਰੀਆਂ ਨੇ। ਅਕਾਲੀ ਦਲ ਪਿਛਲੇ ਕਾਫੀ ਲੰਬੇ ਸਮੇਂ ਤੋਂ, ਜਦੋਂ ਤੋਂ ਚਰਨਜੀਤ ਸ਼ਰਮਾ SSP ਦੀ ਗ੍ਰਿਫਤਾਰੀ ਹੋਈ ਹੈ, ਉਹ ਖਾਮੋਸ਼ੀ ਦੇ ਵਸਤਰ ਪਹਿਨ ਕੇ ਬੈਠਾ ਹੈ। ਅੱਜ ਅਕਾਲੀ ਦਲ ਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਆਮ ਲੋਕਾਂ ਦੇ ਸਾਹਮਣੇ ਖੜ੍ਹੇ ਕਰ ਦਿੱਤੇ ਨੇ। ਮਾਣਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਹੁਤ ਹੀ ਸਵਾਲ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਖੜ੍ਹੇ ਕਰ ਦਿੱਤੇ, ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਕੇ। ਜਦੋਂ ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ, ਬਾਦਲ ਸਾਹਿਬ ਨੂੰ ਬਿਲਕੁਲ ਇਸ ਗੱਲ ਦਾ ਚੇਤਾ ਨਹੀਂ ਸੀ। ਮਾਮੂਲੀ ਭੋਰਾ ਉਦੋਂ ਵੀ ਸੇਕ ਨਹੀਂ ਲੱਗਿਆ ਜਦੋਂ ਪਰਮਰਾਜ ਸਿੰਘ ਉਮਰਾ ਨੰਗਲ ਹੋਣਾਂ ਦੀ ਗ੍ਰਿਫਤਾਰੀ ਹੋਈ। ਇੱਕ IG ਪੱਧਰ ਦੇ ਅਧਿਕਾਰੀ ਦੀ ਜਾਂਚ ਕਰਨ ਵਾਸਤੇ ਉਸਨੂੰ ਬੁਲਾਇਆ ਹੋਵੇ, ਔਰ ਬਕਾਇਦਾ ਤੌਰ ਦੇ ਉੱਤੇ ਜਾਂਚ ਦੇ ਦੌਰਾਨ ਹੀ 3 ਘੰਟੇ ਜਾਂਚ ਕਰਨ ਤੋਂ ਬਾਅਦ ਇੱਕ IG ਪੱਧਰ ਦੇ ਅਧਿਕਾਰੀ ਨੂੰ ਜਿਹੜੀ SIT ਉਸਨੇ ਗ੍ਰਿਫਤਾਰ ਕਰ ਲਿਆ ਹੋਵੇ, ਅਰੈਸਟ ਕਰ ਲਿਆ ਹੋਵੇ। ਔਰ ਉਹ ਕਿਹੜੀ ਘੁੰਡੀ ਹੈ ਕਿ ਚਰਨਜੀਤ ਸ਼ਰਮਾ SSP ਨੂੰ ਕਿਸੇ ਪਾਸਿਓਂ ਵੀ ਰਾਹਤ ਨਹੀਂ ਹੈ, ਹਾਲੇ ਵੀ ਉਸ ਦੇ ਮੂੰਹ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੱਪੜਾ ਪਾ ਕੇ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਸਨੂੰ ਵਧਾਇਆ ਜਾ ਰਿਹਾ, ਉਸ ਦਾ ਰਿਮਾਂਡ ਹੋਰ ਲੰਬਾ ਕੀਤਾ ਜਾ ਰਿਹਾ ਕਿ ਏਡੇ ਵੱਡੇ ਪੱਧਰ ਦੇ ਉੱਤੇ ਕੜੀਆਂ ਜਿਹੜੀਆਂ ਨੇ ਉਹ ਸ਼ਰਮਾ ਦੇ ਨਾਲ ਜੁੜੀਆਂ ਹੋਈਆਂ ਨੇ। ਇੱਕ ਬਹੁਤ ਵੱਡਾ ਸਵਾਲ ਹੈ ਕਿ ਏਡਾ ਕਿੱਡਾ ਖਜ਼ਾਨਾ ਹੋਏਗਾ ਜਿਹੜੀ ਉਹਦੇ ਕੋਲੋਂ ਜਾਂਚ ਜਿਹੜੀ ਆ ਉਹ ਨਿਕਲ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਿੱਥੇ ਪਰਮਰਾਜ ਸਿੰਘ ਉਮਰਾ ਨੰਗਲ ਕਈ ਵਾਰ ਸ਼ੱਕ ਦੇ ਘੇਰੇ ਦੇ ਵਿੱਚ ਆਏ, ਫਰੀਦਕੋਟ ਉਹ ਲੜਕੀ ਅਗਵਾ ਦੇ ਵਿੱਚ ਕੇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਸ ਵੇਲੇ ਵੀ ਇਹਨਾਂ ਦੀ ਚਰਚਾ ਆਈ ਜਦੋਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਵੇਵ ਜਿਹੜੀ ਸੀ ਉਸ ਮਸਲੇ ਦੇ ਉੱਤੇ ਚੱਲੀ, ਜਦੋਂ ਤਰਨ ਤਰਨ ਦੇ ਵਿੱਚ ਇੱਕ ASI ਦਾ ਕਤਲ ਹੋਇਆ ਆਪਣੀ ਧੀ ਦੀ ਇੱਜ਼ਤ ਬਚਾਉਂਦੇ ਦਾ, ਉਸ ਵੇਲੇ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਸੀ ਉਹ ਸੌਂਪੀ ਗਈ। ਯੂਥ ਅਕਾਲੀ ਦਲ ਦੇ ਨੌਜਵਾਨ ਜਿਹੜੇ ਸੀ ਉਹ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਇਹਨਾਂ ਦੀ ਲੱਗੀ ਕਿ ਇਸ ਢੰਗ ਦੇ ਨਾਲ ਇਹਨਾਂ ਨੇ ਗ੍ਰਿਫਤਾਰ ਕੀਤਾ। ਪੁਲਿਸ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦੀਆਂ ਨੇ, ਔਰ ਅੱਜ ਉਸ ਵੇਲੇ ਫਸੇ ਜਦੋਂ ਬਕਾਇਦਾ ਤੌਰ 'ਤੇ ਜਾਂਚ ਟੀਮ ਨੇ ਇਹ ਸਵਾਲ ਕੀਤੇ ਕਿ ਤੁਸੀਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸੀ, ਔਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਆਪਣੀ ਰੇਂਜ ਨੂੰ ਛੱਡ ਕੇ ਫਰੀਦਕੋਟ ਕੇਸ 'ਤੇ ਆਰਡਰ 'ਤੇ ਪਹੁੰਚੇ। ਉਹਨਾਂ ਨੇ ਕਿਹਾ ਜੀ ਵਰਬਲੀ ਆਰਡਰ ਆਉਂਦੇ ਨੇ, ਇਟ ਮੀਨ ਕਿ ਟੈਲੀਫੋਨ ਆਉਂਦਾ ਜੀ ਉੱਥੇ ਜਾਓ। ਠੀਕ ਹੈ, ਆਰਡਰ 1 IG ਨੂੰ ਆਏ ਹੋਣਗੇ, ਕਮਿਸ਼ਨਰ ਨੂੰ ਆਏ ਹੋਣਗੇ, ਪਰ ਨਾਲ ਲੁਧਿਆਣੇ ਤੋਂ 200 ਫੋਰਸ ਦਾ ਬੰਦਾ ਲੈ ਕੇ ਉੱਥੇ ਪਹੁੰਚਣਾ,
ਔਰ ਇਹ ਕੱਲ੍ਹ ਤੱਕ ਕਿਆ ਸਰਾਈਆਂ ਸੀ ਕਿ ਪਰਮਰਾਜ ਸਿੰਘ ਉਮਰਾ ਨੰਗਲ, ਕਿਉਂਕਿ ਪੁਲਿਸ ਅਧਿਕਾਰੀਆਂ ਦੀ ਇੱਕ ਗੱਲ ਹੈ ਕਿ ਜਦੋਂ ਪੁਲਿਸ ਅਧਿਕਾਰੀ ਫਸਦੇ ਨੇ ਤਾਂ ਉਸ ਵੇਲੇ ਉਹ ਕਿਸੇ ਦੇ ਵੀ ਸਕੇ ਨਹੀਂ ਹੁੰਦੇ, ਜਦੋਂ ਪੁਲਿਸ ਅਧਿਕਾਰੀ ਫਸਦੇ ਨੇ ਉਸ ਵੇਲੇ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਦੇ ਥੱਲੇ ਵਿਛਾਈ ਹੋਈ ਦਰੀ ਜਿਹੜੀ ਹੈ ਉਹ ਬੜੇ ਵੱਡੇ ਪੱਧਰ ਦੇ ਉੱਤੇ ਖਿੱਚ ਲੈਂਦੇ ਨੇ, ਕੋਈ ਕਿਸੇ ਦਾ ਸਕਾ ਨਹੀਂ ਹੈ। ਜਦੋਂ ਉਹਨਾਂ ਨੇ ਦਰੀ ਖਿੱਚੀ ਕੋਈ ਫਿਕਰਮੰਦੀ ਨਹੀਂ ਹੈ, ਅਤੇ ਨਾਲ ਦੀ ਨਾਲ ਮੈਂ ਇਹ ਸਮਝਾਂਗਾ ਕਿ ਵੱਡੇ ਪੱਧਰ ਦੇ ਉੱਤੇ ਅੱਜ ਬਾਦਲ ਸਾਹਿਬ ਨੇ ਜਿਹੜਾ ਡਰਾਮਾ ਕੀਤਾ, ਜਿਹੜਾ ਬਾਦਲ ਸਾਹਿਬ ਨੇ ਇੱਕ ਡਰਾਮਾ ਕੀਤਾ ਕਿ ਆਪਣੇ ਆਪ ਨੂੰ ਕਿ ਮੈਂ ਪੇਸ਼ ਕਰ ਰਿਹਾ ਆਪਣੀ ਗ੍ਰਿਫਤਾਰੀ ਵਾਸਤੇ, ਮੈਂ ਗ੍ਰਿਫਤਾਰੀ ਵਾਸਤੇ ਪੇਸ਼ ਕਰ ਰਿਹਾ। ਜੇ ਬਾਦਲ ਸਾਹਿਬ ਨੇ ਗ੍ਰਿਫਤਾਰੀ ਵਾਸਤੇ ਪੇਸ਼ ਕਰਨਾ ਸੀ, ਲੋਕ ਤਾਂ ਇਸ ਗੱਲ ਨੂੰ ਪਹਿਲਾਂ ਤੋਂ ਕਹਿੰਦੇ ਸੀ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਢ ਵਾਸਤੇ ਪਿਛਲੀ ਅਕਾਲੀ ਸਰਕਾਰ, ਅਕਾਲੀ ਸਰਕਾਰ ਦੇ ਮੰਤਰੀ ਦਲਜੀਤ ਸਿੰਘ ਚੀਮਾ ਦੀਆਂ ਫੇਕ ਸਟੇਟਮੈਂਟਾਂ ਜਾਂ ਅਕਾਲੀਆਂ ਦੀਆਂ ਹੋਰਾਂ ਦੀਆਂ ਫੇਕ ਸਟੇਟਮੈਂਟਾਂ ਜਿਹੜੀਆਂ ਨੇ ਉਹ ਇਹ ਦਰਸਾਉਂਦੀਆਂ ਸਨ ਕਿ ਅਕਾਲੀ ਦਲ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰ ਇਸ ਘਟਨਾਕ੍ਰਮ ਵਾਸਤੇ ਨਜ਼ਰ ਜਿਹੜਾ ਹੈ ਉਹ ਆ ਰਿਹਾ। ਅੱਜ ਜਦੋਂ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸੇਕ ਲੱਗਿਆ, ਸੇਕ ਲੱਗਣ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਅਕਸਰ ਉਹ ਡਰਾਮਾ ਕਰਦੇ ਨੇ ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ ਵਾਲੀ ਗੱਲ, ਉਸ ਤਰ੍ਹਾਂ ਦਾ ਇੱਕ ਨਾਟਕ ਕਰ ਦਿੱਤਾ ਕਿ ਮੈਨੂੰ ਅਰੈਸਟ ਕਰ ਲਓ, ਮੈਂ DGP ਦਿਨਕਰ ਗੁਪਤਾ ਨੂੰ ਫੋਨ ਕਰਕੇ ਕਹਿ ਦਿੱਤਾ ਮੈਂ ਆ ਜਾਂਦਾ ਜੀ ਮੈਨੂੰ ਅਰੈਸਟ ਕਰ। ਤੁਹਾਡਾ ਨਾਂ ਨਹੀਂ ਹਾਲੇ ਤੱਕ ਆਇਆ। ਗ੍ਰਹਿ ਮੰਤਰਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਕੋਲ ਸੀ। ਉਮਰਾ ਨੰਗਲ ਤੋਂ ਬਾਅਦ ਉਮਰਾ ਨੰਗਲ ਦੀ ਜਾਂਚ ਦੇ ਵਿੱਚੋਂ ਸਾਬਕਾ DGP ਸੁਮੇਧ ਸੈਣੀ ਦਾ ਨਾਂ ਉੱਭਰ ਕੇ ਸਾਹਮਣੇ ਆਇਆ ਔਰ 25 ਤਰੀਕ ਨੂੰ ਜਾਂਚ ਵਾਸਤੇ ਸੁਮੇਧ ਸੈਣੀ ਨੂੰ ਤਲਬ ਕਰ ਲਿਆ ਗਿਆ ਔਰ ਬਾਦਲਾਂ ਨੂੰ, ਬਾਦਲ ਪਰਿਵਾਰ ਨੂੰ ਏਡੇ ਵੱਡੇ ਪੱਧਰ ਦੇ ਉੱਤੇ ਖਤਰਾ ਪੈ ਗਿਆ ਕਿ ਜੇਕਰ ਸੁਮੇਧ ਸੈਣੀ ਨੂੰ ਤਲਬ ਕਰ ਲਿਆ, ਕਿਉਂਕਿ ਸੁਮੇਧ ਸੈਣੀ DGP ਹੁੰਦੇ ਹੋਏ ਜਿਸ ਤਰ੍ਹਾਂ ਦੇ ਰਾਜਨੀਤਿਕ ਲੋਕਾਂ ਨੇ ਸੱਤਾ ਵਿੱਚ ਰਹਿੰਦਿਆਂ ਸੁਮੇਧ ਸੈਣੀ ਕੋਲੋਂ ਕਰਮ ਕੁਕਰਮ ਕਰਵਾਏ ਹੋਏ ਨੇ, ਉਹ ਇਹਨਾਂ ਰਾਜਨੀਤਿਕ ਲੋਕਾਂ ਦੇ ਉੱਤੇ ਦਾਬਾ ਵੀ ਮਾਰਦਾ ਸੀ ਔਰ ਇਸ ਵੇਲੇ ਜਦੋਂ ਸੁਮੇਧ ਸੈਣੀ ਦੀ ਧੌਣ ਫਸਦੀ ਨਜ਼ਰ ਆਈ ਹੈ ਤਾਂ ਉਸ ਦੀ ਜਾਂਚ ਤੋਂ ਪਹਿਲਾਂ ਹੀ ਵੱਡੇ ਦਿਗਜ ਧਨਾਟ ਜਿਹੜੇ ਇਹ ਰਾਜਨੀਤਿਕ ਲੋਕ ਹੈ ਉਹ ਆਪਣੀ ਗ੍ਰਿਫਤਾਰੀ ਦੀ ਪੇਸ਼ਕਸ਼ ਜਿਹੜੀ ਹੈ ਉਹ ਕਰ ਰਹੇ ਨੇ। ਮਸਲਾ ਇਸ ਗੱਲ ਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਭੋਲੇ ਨਿਹੱਥੇ ਲੋਕਾਂ ਦੇ ਉੱਤੇ ਚਲਾਈ ਜਿਹੜੀ ਗੋਲੀ ਹੈ ਉਸ ਦਾ ਹਿਸਾਬ ਕਿਤਾਬ ਜਿਹੜਾ ਉਸ ਮੌਕੇ ਦੇ ਰਾਜਨੀਤਿਕ ਲੋਕਾਂ ਨੂੰ ਬਕਾਇਦਾ ਤੌਰ ਦੇ ਉੱਤੇ ਦੇਣਾ ਪਏਗਾ। ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਇਸੇ ਤਰ੍ਹਾਂ ਇਸ ਦੇ ਉੱਤੇ ਕਰਾਂਗੇ ਚਰਚਾ। ਹੋਰ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਮੇਰੇ ਨਾਲ ਅੱਜ ਉਹ ਸ਼ਖਸੀਅਤ ਬਾਕਾਇਦਾ ਤੌਰ ਦੇ ਉੱਤੇ ਵਿਰਾਜਮਾਨ ਹੈ ਜਿਨ੍ਹਾਂ ਨੇ ਬਰਗਾੜੀ ਮੋਰਚੇ ਦੇ ਵਿੱਚ ਸ਼ਾਮਿਲ ਹੋ ਕੇ ਇੱਕ ਲੋਕਤੰਤਰਿਕ ਢੰਗ ਨਾਲ ਵੱਡੀ ਲੜਾਈ ਲੜੀ ਔਰ ਉਸ ਤੋਂ ਬਾਅਦ ਬਾਕਾਇਦਾ ਤੌਰ ਦੇ ਉੱਤੇ ਤਲਵੰਡੀ ਸਾਬੋ ਤੋਂ ਇਨਸਾਫ ਮਾਰਚ ਵੀ ਜਿਹੜਾ ਸੀ ਉਹ ਕੱਢਿਆ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਬਰਗਾੜੀ ਕਾਂਡ ਔਰ ਬਹਿਬਲ ਕਲਾ ਕਾਂਡ ਦੀ ਇਨਸਾਫ ਦੀ ਗੱਲ ਜਿਹੜੀ ਸੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਉਹ ਉਛਾਲੀ ਗਈ। ਮੇਰੇ ਨਾਲ ਇਸ ਵੇਲੇ ਸਾਬਕਾ ਲੀਡਰ ਆਫ ਅਪੋਜੀਸ਼ਨ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਮੌਜੂਦ ਨੇ ਔਰ ਇਹ ਰਾਜਨੀਤਿਕ ਜਿਹੜੇ ਇਸ ਵੇਲੇ ਘਟਨਾਕ੍ਰਮ ਪੰਜਾਬ ਦੇ ਉੱਤੇ ਇੱਕਦਮ ਚੱਲ ਰਹੇ ਨੇ ਉਹਨਾਂ ਦੇ ਉੱਤੇ ਜ਼ਿਕਰ ਕਰਨੇ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਪ੍ਰਵਾਸੀਆਂ ਵੱਲੋਂ ਔਰ ਸਮੁੱਚੇ ਪੰਜਾਬੀਆਂ ਵੱਲੋਂ ਆਪ ਜੀ ਨੂੰ ਜੀ ਆਇਆਂ ਔਰ ਵੈਲਕਮ। ਹਾਂਜੀ ਰਿਆਜ਼ ਸਾਹਿਬ, ਸਭ ਨੂੰ ਮੇਰੀ ਵੀ ਫਤਿਹ ਹੈ ਜੀ, ਸ਼ੁਕਰੀਆ ਬਹੁਤ ਬਹੁਤ ਜੀ। ਖਹਿਰਾ ਸਾਹਿਬ, ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਬਰਗਾੜੀ ਕਾਂਡ ਅਤੇ ਬਹਿਬਲ ਕਲਾ ਕਾਂਡ ਦੀਆਂ ਜਿਹੜੀਆਂ ਪਰਤਾਂ ਨੇ ਹੌਲੀ ਹੌਲੀ ਖੁੱਲ੍ਹਣ ਲੱਗੀਆਂ। ਜਦੋਂ ਚਰਨਜੀਤ ਸ਼ਰਮਾ ਪਕੜਿਆ ਗਿਆ ਜਾਂ ਫੜਿਆ ਜਾਂ ਉਸਨੂੰ ਅਰੈਸਟ ਕੀਤਾ, ਕੋਈ ਨਹੀਂ ਬੋਲਿਆ, ਥੋੜ੍ਹਾ ਜਿਹਾ ਸੇਕ ਲੱਗਿਆ ਜਦੋਂ ਪਰਮਰਾਜ ਸਿੰਘ ਉਮਰਾ ਨੰਗਲ ਜਿਹੜਾ ਉਸ ਨੂੰ ਜਾਂਚ ਦੇ ਦੌਰਾਨ ਅਰੈਸਟ ਕਰ ਲਿਆ, ਜਿਹੜਾ 200 ਫੌਜ ਬਕਾਇਦਾ ਤੌਰ 'ਤੇ ਪੁਲਸੀਆਂ ਦੀ ਲੈ ਕੇ ਬਹਿਬਲ ਕਲਾ ਬਰਗਾੜੀ ਕਾਂਡ ਦੇ ਉੱਤੇ ਗਏ ਔਰ ਉਹਨਾਂ ਵੱਲੋਂ ਇਹ ਇਸ ਤਰ੍ਹਾਂ ਕਿ ਤੁਹਾਨੂੰ ਆਰਡਰ ਕਿਹਨੇ ਦਿੱਤਾ ਔਰ ਉਸ ਗੱਲ ਦੇ ਵਿੱਚੋਂ ਅੱਗੇ ਸੁਮੇਧ ਸੈਣੀ ਹੋਰਾਂ ਦਾ ਨਾਂ ਆਇਆ, ਜਦੋਂ ਸੁਮੇਧ ਸੈਣੀ ਹੋਰਾਂ ਦਾ ਨਾਂ ਆਇਆ ਤਾਂ ਖਾਮੋਸ਼ ਬੈਠਾ ਬਾਦਲ ਪਰਿਵਾਰ ਇੱਕ ਕਿਸਮ ਨਾਲ ਤੜਫ ਉੱਠਿਆ। ਮੈਂ ਸਮਝਾਂਗਾ ਕਿ ਸ਼ਾਂਤ ਚਿੱਤ ਬੈਠੇ ਮਾਣਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਆਪ ਪੇਸ਼ ਕਰ ਰਹੇ ਨੇ, ਇਹ ਕੀ ਰਾਜਨੀਤਿਕ ਮੰਜ਼ਰ ਲੱਗਦਾ ਤੁਹਾਨੂੰ? ਦੇਖੋ, ਤੁਸੀਂ ਬਿਲਕੁਲ ਠੀਕ ਐਨਾਲਾਈਜ਼ ਕੀਤਾ ਜੀ, ਚਰਨਜੀਤ ਸ਼ਰਮਾ ਦੀ ਅਰੈਸਟ, ਫਿਰ ਪਰਮਰਾਜ ਉਮਰਾ ਨੰਗਲ ਦੀ ਅਰੈਸਟ ਔਰ ਸਬਸੀਕੁਐਂਟਲੀ DGP ਸੁਮੇਧ ਸਿੰਘ ਸੈਣੀ ਨੂੰ
ਜਦੋਂ ਤਲਬ ਕੀਤਾ ਗਿਆ ਜੀ ਤਾਂ ਵੱਡੇ ਬਾਦਲ ਨੂੰ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਇਹ ਇਨਵੈਸਟੀਗੇਸ਼ਨ ਉਹਨਾਂ ਵੱਲ ਨੂੰ ਆ ਰਹੀ, ਕਿਉਂਕਿ ਅਗਰ ਤੁਹਾਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਦੇ ਕਮਿਸ਼ਨ ਨੂੰ ਦਿੱਤਾ ਐਫੀਡੇਵਿਟ ਸੀ ਜਿਹੜਾ ਸੁਮੇਧ ਸਿੰਘ ਸੈਣੀ ਵੱਲੋਂ ਜੀ, ਉਹਦੇ ਚ ਉਹਨੇ ਐਡਮਿਟ ਕੀਤਾ ਸੀਗਾ ਕਿ 14 ਅਕਤੂਬਰ 2015 ਜਿੱਦਣ ਕੋਟਕਪੂਰੇ ਗੋਲੀ ਚੱਲਦੀ ਹੈ ਜੀ ਔਰ ਬਹਿਬਲ ਕਲਾਂ ਦੋ ਨੌਜਵਾਨ ਮਾਰੇ ਜਾਂਦੇ ਨੇ, ਉਦਣ ਦੀ ਸਵੇਰੇ 2 ਵਜੇ ਤੜਕੇ ਪ੍ਰਕਾਸ਼ ਸਿੰਘ ਬਾਦਲ ਦਾ ਟੈਲੀਫੋਨ ਸੁਮੇਧ ਸਿੰਘ ਸੈਣੀ ਨੇ ਕਬੂਲ ਕੀਤਾ ਕਿ ਮੈਨੂੰ ਟੈਲੀਫੋਨ ਆਇਆ ਸੀ। ਸੋ ਨੋਰਮਲ ਕੋਰਸ ਵਿੱਚ ਇਸ ਤਰ੍ਹਾਂ ਦੀ ਕਾਲ 2 ਵਜੇ ਤੋਂ ਕੋਈ ਵੀ ਨਹੀਂ ਕਰਦਾ, ਆਪਾਂ ਆਪਸ ਵਿੱਚ ਸਮਾਜਿਕ 5-6 ਵਜੇ ਦੇ ਤਾਂ ਵੇਟ ਕਰਦੇ ਕਿ ਜਦੋਂ ਸਾਰਾ ਕੰਮ ਉੱਠ ਜਾਣ ਲੋਕ ਜੀ। ਸੋ ਸਾਡਾ ਇਹ ਮੰਨਣਾ ਵਾ ਕਿ ਜਿਹੜੀ ਉਹ 2 ਵਜੇ ਦੀ ਕਾਲ ਸੀ ਔਰ ਉਸ ਤੋਂ ਬਾਅਦ ਇਮੀਡੀਏਟਲੀ ਲਾਠੀਚਾਰਜ ਤੇ ਗੋਲੀ ਚੱਲੀ ਕੋਟਕਪੂਰੇ ਤੇ ਗੋਲੀ ਬਹਿਬਲ ਕਲਾਂ ਵਿੱਚ ਸਵੇਰੇ 9:15 ਚੱਲ ਚੁੱਕੀ ਸੀ, ਬੰਦੇ ਮਰ ਗਏ ਸੀਗੇ ਜੀ। ਔਰ ਬਾਦਲ ਨੂੰ ਹੁਣ ਪਤਾ ਵਾ ਕਿ ਸਲੋਲੀ ਦਾ ਪ੍ਰੋਸੀਡਿੰਗ ਦਾ ਗੋਇੰਗ ਟੂ ਕਮ ਟੁਵਰਡਸ ਹਿਸ ਗਵਰਨਮੈਂਟ ਔਰ ਉਹਨੂੰ ਪਤਾ ਵਾ ਕਿ ਮੇਰਾ ਜਿਹੜਾ ਉਹਨਾਂ ਦਾ ਜਿਹੜਾ ਬੇਟਾ ਹੈ ਸੁਖਬੀਰ ਬਾਦਲ ਉਹ ਹੋਮ ਮਿਨਿਸਟਰ ਸੀ ਜੀ। ਤਾਂ ਬਾਦਲ ਨੇ ਇਹ ਜਿੱਦਾਂ ਕਹਿੰਦੇ ਕਿ ਪ੍ਰੀਐਮਪਟ ਕੀਤਾ ਵਾ, ਇੱਕ ਕਿਸਮ ਦਾ ਲੋਕਾਂ ਦੇ ਵਿੱਚ ਜਜ਼ਬਾਤੀ ਗੱਲ ਪੇਸ਼ ਕੀਤੀ ਕਿ ਮੈਂ 93 ਸਾਲ ਦਾ ਵਾਂ, ਜੇ ਮੈਨੂੰ ਗ੍ਰਿਫਤਾਰ ਕਰਨਾ ਤਾਂ ਕਰ ਲਓ। ਇਹ ਪੇਸ਼ਕਸ਼ ਤਾਂ ਸੁਖਬੀਰ ਬਾਦਲ ਨੂੰ ਕਰਨੀ ਚਾਹੀਦੀ ਸੀ। ਬਿਲਕੁਲ ਬਿਲਕੁਲ, ਆਹੀ ਆਹੀ ਫਰਕ ਹੈ ਕਿ ਜਿਹੜੇ ਰਿਸਪੋਂਸੀਬਲ ਨੇ ਜਿਨ੍ਹਾਂ ਦੀ ਇਹ ਦੋਸ਼ ਲੱਗੇ ਸੀ ਕਿ ਮਨਤਾਰ ਸਿੰਘ ਬਰਾੜ ਹੋਰਾਂ ਦੀਆਂ ਕਾਲਾਂ ਬਕਾਇਦਾ ਤੌਰ ਦੇ ਉੱਤੇ ਉਸ ਵੇਲੇ ਪਾਰਲੀਮਾਨੀ ਸੈਕਟਰੀ ਸਨ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਵੱਖ ਵੱਖ ਸਟੇਟਮੈਂਟਾਂ ਦਲਜੀਤ ਸਿੰਘ ਚੀਮਾ ਪਾਰਟੀ ਦੇ ਮੁੱਖ ਬੁਲਾਰੇ ਦੇ ਰਹੇ ਨੇ ਔਰ ਉਹ ਸਟਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰੋਟੈਕਟ ਕਰਨ ਵਾਸਤੇ ਦੇ ਰਹੇ ਨੇ। ਔਰ ਮੈਂ ਸਮਝਾਂਗਾ ਕਿ ਜਿਹੜਾ ਰਾਜਨੀਤਿਕ ਗੰਦਲਾ ਵਿਧਾਨ ਸਭਾ ਤੋਂ ਲੈ ਕੇ ਪੰਜਾਬ ਦੀਆਂ ਸੜਕਾਂ ਤੱਕ ਔਰ ਮੀਡੀਆ ਔਰ ਸੋਸ਼ਲ ਮੀਡੀਆ ਦੇ ਵਿੱਚ ਇਸ ਵੇਲੇ ਅਕਾਲੀ ਦਲ ਵੱਲੋਂ ਪਾਇਆ ਜਾ ਰਿਹਾ, ਇਹ ਵੀ ਮੈਨੂੰ ਲੱਗਦਾ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਲੱਗਦਾ ਮੈਨੂੰ। ਜਜ਼ਬਾਤੀ ਜੀ ਚਾਲ ਹੈ ਬਾਦਲ ਸਾਹਿਬ ਦੀ, ਕਿਉਂਕਿ ਉਹ ਤੁਸੀਂ ਉਹਨਾਂ ਨੂੰ ਆਮ ਸਮਝਦੇ ਹੋ ਲੋਕਾਂ ਦੇ ਵਿੱਚ ਇੱਕ ਕੋਈ ਨਾ ਕੋਈ ਜਿੱਦਾਂ ਇੱਕ ਪੱਤਾ ਖੇਡਿਆ ਉਹਨਾਂ ਨੇ ਕਿ ਅਗਰ ਅਰੈਸਟ ਕਰਨਾ ਹੀ ਆ ਤਾਂ ਮੈਂ ਚੀਫ ਮਿਨਿਸਟਰ ਸੀ, ਤੁਸੀਂ ਬਾਕੀਆਂ ਨੂੰ ਕੋਈ ਤੰਗ ਕਰ ਰਹੇ ਹੋ। ਔਰ ਕਿਤੇ ਨਾ ਕਿਤੇ ਸੁਮੇਧ ਸਿੰਘ ਸੈਣੀ ਦੀ ਜਿਹੜੇ ਸਮਨਿੰਗ ਆ ਉਹਦੇ ਤੇ ਵੀ ਇਹਨਾਂ ਨੂੰ ਚਿੰਤਾ ਹੋਈ ਆ। ਔਰ ਇਹ ਸੈਣੀ ਹੁਣੀ ਉਹ ਲੋਕ ਨੇ, ਅੱਜ ਸੈਣੀ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਹਿੰਦੁਸਤਾਨ ਟਾਈਮਸ, ਨੋਰਮਸ ਨਹੀਂ ਫੋਲੋ ਹੋਏ, ਗਵਰਨਮੈਂਟ ਨੇ ਨੋਰਮਸ ਫੋਲੋ ਨਹੀਂ ਕੀਤੇ। ਇਹ ਲੋਕ ਕਹਿ ਸਕਦੇ ਨੇ ਜਿਹਨਾਂ ਲੋਕਾਂ ਨੇ ਕੋਲਡ ਬਲੱਡ ਵਿੱਚ ਦਰਜਨਾਂ ਨੌਜਵਾਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਕੇ ਮਾਰ ਦਿੱਤਾ, ਝੂਠੇ ਇਨਕਾਊਂਟਰਾਂ 'ਚ ਮਾਰਤਾ, ਇਹਨਾਂ ਨੇ ਉਦੋਂ ਤਾਂ ਕੋਈ ਨੋਰਮ ਫੋਲੋ ਨਹੀਂ ਕੀਤਾ। ਔਰ ਬਹਿਬਲ ਕਲਾਂ ਦੇ ਵਿੱਚ ਵੀ 2 ਜਿਹੜੇ ਨੌਜਵਾਨ ਮਾਰੇ ਗਏ ਨੇ ਉਹ ਵੀ ਇਨੋਸੈਂਟ ਸੀਗੇ, ਨਿਹੱਤੇ ਸੀ ਔਰ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗਾ, ਤੇ ਉਦੋਂ ਕੋਈ ਨੋਰਮ ਤਾਂ ਫੋਲੋ ਹੋਇਆ ਨੀਗਾ। ਤੋ ਇਸ ਲਈ ਸਾਰਾ ਇਹ ਘਟਨਾਕ੍ਰਮ ਇਹ ਦਰਸਾਉਂਦਾ ਵਾ ਕਿ ਇਹ ਅਸਲ ਵਿੱਚ ਇਹਨਾਂ ਲੋਕਾਂ ਦੀ ਮਰਜ਼ੀ ਨਾਲ, ਇਹਨਾਂ ਦੀ ਸਹਿਮਤੀ ਨਾਲ ਔਰ ਇਹ ਪ੍ਰੋਪਰ ਚੇਨ ਸੀਗੀ ਜਿਹੜਾ ਗ੍ਰਿਫਤਾਰੀ ਹੋਈ ਆ ਧਰਮਰਾਜ ਤੋਂ ਲੈ ਕੇ ਉੱਪਰ। ਇਹਦੇ ਚ ਇਨਫੈਕਟ ਇੱਕ ADGP ਜਾਂ IG ਮਿਸਟਰ ਜੈਨ ਵੀ ਇਨਵੋਲਵਡ ਆ, ਜੈਨ ਵੀ ਇਨਵੋਲਵਡ ਆ ਜੀ ਜੀ। ਉਹ ਬਚ ਰਹੇ ਨੇ ਕਿਉਂਕਿ ਉਹਨਾਂ ਨੇ ਉਸ ਦਿਨ ਕੋਈ ਸ਼ਾਇਦ ਆਪਣੀ ਸਿਹਤ ਦਾ ਬਹਾਨਾ ਬਣਾ ਕੇ ਗਸ਼ ਖਾ ਕੇ ਡਿੱਗ ਕੇ ਤੇ ਉਹ ਆਪਣੇ ਆਪ ਨੂੰ ਛੁੱਟੀ ਛੱਟੀ ਲੈ ਗਏ ਸਮਥਿੰਗ, ਬਟ ਇਜ਼ ਆਲਸੋ ਅ ਕਲਪ੍ਰਿਟ। ਸੋ ਉੱਪਰ ਸੁਮੇਧ ਸਿੰਘ ਸੈਣੀ ਐਂਡ ਦੈਨ ਫੋਲੋਡ ਬਾਏ ਸੁਖਬੀਰ ਸਿੰਘ ਬਾਦਲ ਐਂਡ ਦ ਚੀਫ ਮਿਨਿਸਟਰ। ਹੁਣ ਦੇਖਣਾ ਇਹ ਹੋਊਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਸੁਮੇਧ ਸਿੰਘ ਸੈਣੀ ਨੂੰ ਅਰੈਸਟ ਕਰਦੇ ਨੇ ਜਾਂ ਜਿਹੜਾ ਹਾਈਕੋਰਟ ਦਾ ਉਹਨਾਂ ਨੂੰ ਸਟੇ ਮਿਲਿਆ ਹੋਇਆ 7 ਦਿਨ ਦਾ ਨੋਟਿਸ, ਜਿਹੜਾ ਉਹਨਾਂ ਦੀ ਅਰੈਸਟ ਹੋਈ, ਜਿਹੜਾ ਕਿ ਮੌਕਾ ਦਿੱਤਾ ਗਿਆ ਪੁਲਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਵੱਲੋਂ ਇੰਨਾ ਲੰਬੀ ਪ੍ਰਕਿਰਿਆ, ਤੇ ਕੀ ਉਹਨੂੰ ਅਰੈਸਟ ਕਰਦੇ ਨੇ ਫਿਰ ਕੀ ਸਬਸੀਕੁਐਂਟਲੀ ਸੁਖਬੀਰ ਸਿੰਘ ਬਾਦਲ, ਕਿਉਂਕਿ ਪੰਜਾਬ ਦੀ ਪੁਲਿਸ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਹੜਾ ਕੋਈ ਅਮੈਰੀਕਨ ਪੁਲਿਸ ਹੈ, ਇੱਥੇ ਤਾਂ ਇੱਕ ਇੱਕ ਥਾਣੇਦਾਰ ਹੌਲਦਾਰ ਵੀ ਪੋਲੀਟੀਕਲ ਲੋਕ ਲਾਉਂਦੇ ਨੇ, ਸਾਰੇ DSP ਸਾਰੇ ਥਾਣੇਦਾਰ ਸਾਰੇ ਥਾਣਿਆਂ ਦੇ ਮੁਨਸ਼ੀ MLA ਤੇ ਮਿਨਿਸਟਰ ਆਪ ਲਗਵਾਉਂਦੇ ਨੇ। ਸੋ ਨਥਿੰਗ ਮੂਵਸ ਇਨ ਪੰਜਾਬ ਪੁਲਿਸ ਅਨਲੈਸ ਦ ਟੌਪ ਮੈਨ ਆਰਡਰਸ ਇਟ। ਸੋ ਸਾਡਾ ਮੰਨਣਾ ਵਾ ਕਿ ਇਸ ਸਾਰੀ ਗੱਲ ਦੇ ਦੋਸ਼ੀ DGP ਸੈਣੀ ਤੇ ਬਾਦਲ ਦਾ ਪਰਿਵਾਰ ਆ, ਉਹ ਇਹਨਾਂ ਦੀ ਅਰੈਸਟ ਹੋਣੀ ਚਾਹੀਦੀ। ਜੀ 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 ਜੀ। ਖੈਰ ਸਾਹਿਬ, ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਹੈਗੀ ਹੈ ਕਿ ਬਾਦਲ ਸਾਹਿਬ ਨੇ ਉਸ ਵੇਲੇ ਸਟੇਟਮੈਂਟ ਦਿੱਤੀ ਹੈ, ਜਦਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹੋ ਔਰ ਮੈਂ ਸਮਝਾਂਗਾ ਕਿ ਕਾਂਗਰਸ ਦੇ ਵਿੱਚ ਵੀ ਤੁਸੀਂ ਭਾਵੇਂ ਰਹੇ ਹੋ, ਪਰ ਤੁਸੀਂ ਘੱਟੋ ਘੱਟ ਤੁਹਾਨੂੰ ਵਿਧਾਨ ਸਭਾ ਦੀ ਮਾਣ ਮਰਿਆਦਾ ਦਾ ਪਤਾ, ਤੁਸੀਂ ਵਿਰੋਧੀ ਧਿਰ ਦੇ ਨੇਤਾ ਰਹੇ ਹੋ। ਮੈਨੂੰ ਅੱਜ ਤੱਕ ਇਹ ਨਹੀਂ ਲੱਗਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਮਸਲੇ 'ਤੇ, ਬਹੁਤ ਸੰਜੀਦਾ ਬਹੁਤ ਸੂਖਮ ਮਸਲੇ ਦੇ ਉੱਤੇ, ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਿਨਾਂ DGP ਵੀ ਗੋਲੀ ਚਲਾਉਣ ਦਾ ਆਰਡਰ ਦੇਵੇ। ਕੀ ਇਸ ਤਰ੍ਹਾਂ ਦਾ ਸੰਭਵ ਲੱਗਦਾ ਕਿ ਸੁਮੇਧ ਸੈਣੀ ਨੇ ਆਪਣੀ ਮਰਜ਼ੀ ਨਾਲ ਆਰਡਰ ਦੇ ਦਿੱਤਾ ਹੋਵੇਗਾ ਗੋਲੀ ਚਲਾਉਣ ਦਾ?
ਨਹੀਂ 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 ਮਤਲਬ ਵੀ ਕੋਈ ਨਹੀਂ ਗਾ ਜੀ, ਤੁਸੀਂ ਸੁਮੇਧ ਸਿੰਘ ਦਾ ਐਫੀਡੇਵਿਟ ਧਿਆਨ ਨਾਲ ਪੜ੍ਹੋ ਨਾ, ਜਿਹੜਾ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤਾ ਸੀ ਜੀ। ਉਹਦੇ 'ਚ ਉਹਨਾਂ ਨੇ ਸਪੈਸੀਫਿਕਲੀ ਲਿਖਿਆ ਔਰ ਕਾਲ ਦਾ ਟਾਈਮ ਦਿੱਤਾ ਕਿ ਜਿੱਦਣ ਗੋਲੀ ਚੱਲਦੀ ਆ ਉਦਣ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਟੈਲੀਫੋਨ ਆਉਂਦਾ ਵਾ। ਸੋ ਪੰਜਾਬ ਦੀ ਜਿੱਦਾਂ ਦੀ ਇੱਕ ਬਹੁਤ ਪੋਲੀਟਿਸਾਈਜ਼ਡ ਪੁਲਿਸ ਫੋਰਸ ਆ ਜਿਹੜੀ ਕਿ ਬਿਨਾਂ ਰਾਜਨੀਤਿਕ ਬੰਦਿਆਂ ਦੇ ਹੁਕਮ ਤੋਂ ਇੱਕ ਮਿੰਟ ਪੱਤਾ ਵੀ ਨਹੀਂ ਹਿੱਲਦਾ। ਮੈਂ ਤੁਹਾਨੂੰ ਦੱਸ ਰਿਹਾ ਨਾ, ਤੁਸੀਂ ਅਗਰ ਦੇਖੋਗੇ ਆਪਣੇ ਸਾਰੇ ਪੁਲਿਸ ਸਟੇਸ਼ਨ ਵਿੱਚ ਜਿੰਨੀਆਂ ਪੋਸਟਿੰਗ ਟ੍ਰਾਂਸਫਰਸ ਨੇ ਉਹ MLA ਤੇ ਮਿਨਿਸਟਰ ਜਿਹੜੇ ਨੇ ਰੂਲਿੰਗ ਪਾਰਟੀ ਦੇ ਜੀ ਉਹਨਾਂ ਦੇ ਕਹਿਣ ਤੇ ਹੁੰਦੀਆਂ। ਔਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਬਾਦਲ ਨੇ ਕਈ ਵਾਰ ਇਹ ਬਿਆਨ ਦਿੱਤੇ ਨੇ ਕਿ ਸਾਡੀ ਮਰਜ਼ੀ ਤੋਂ ਬਗੈਰ ਪੰਜਾਬ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ, ਇਹੀ ਕਹਿੰਦੇ ਸ਼ਬਦ ਵਰਤੇ ਸੀ। ਬਿਲਕੁਲ ਬਿਲਕੁਲ, ਉਹ ਕਹਿੰਦੇ ਜੀ ਬਾਦਲ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਜਦੋਂ ਇਹ ਬਹਿਬਲ ਕਲਾਂ ਗੋਲੀਕਾਂਡ ਹੋਇਆ ਕਿ ਅਸੀਂ ਦੋਸ਼ੀਆਂ ਨੂੰ ਫੜ ਲਵਾਂਗੇ, ਸਾਨੂੰ ਪੰਜਾਬ ਦੇ ਵਿੱਚ ਜਿਹੜੀ ਕੀੜੀ ਵੀ ਤੁਰੀ ਜਾਂਦੀ ਹੈ ਉਹ ਵੀ ਨਜ਼ਰ ਆਉਂਦੀ ਹੈ। ਐਗਜ਼ੈਕਟਲੀ, ਕਿ ਮੈਂ ਇੰਨਾ ਵਾਚ ਰੱਖਦਾ ਜੀ ਕਿ ਅਗਰ ਪੰਜਾਬ ਦੇ ਵਿੱਚ ਕੀੜੀ ਵੀ ਤੁਰੀ ਜਾਂਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਬਾਰੇ ਇਲਮ ਹੁੰਦਾ, ਇਲਮ ਹੁੰਦਾ। ਸੋ ਇਹ ਸਾਰਾ ਕੁਝ ਮਰਜ਼ੀ ਨਾਲ ਹੋਇਆ ਜੀ, ਅਸਲ ਵਿੱਚ ਕਹਾਣੀ ਇਹ ਸੀ ਤੇ ਇਹ ਇੰਨੇ ਹੰਕਾਰੇ ਗਏ ਸੀਗੇ ਕਿ ਇਸ ਤਰ੍ਹਾਂ ਦੀਆਂ ਐਜੂਟੇਸ਼ਨ ਤੇ ਪ੍ਰੋਟੈਸਟ, ਜਿੱਦਾਂ ਅਮਰਿੰਦਰ ਸਿੰਘ ਹੁਣ ਡੰਡੇ ਮਾਰਦਾ ਟੀਚਰਸ ਨੂੰ, ਇਹਨਾਂ ਦੇ ਮਨਾਂ ਵਿੱਚ ਕੋਈ ਲੋਕਾਂ ਦੇ ਵਾਸਤੇ ਕੋਈ ਰਿਸਪੈਕਟ ਨਹੀਂ ਹੈਗੀ ਜੀ, ਨਾ ਕੋਈ ਹਿਊਮਨ ਰਾਈਟਸ ਦੀ ਕੋਈ ਇਹਨਾਂ ਦੇ ਮਨਾਂ ਦੇ ਵਿੱਚ ਕਦਰ ਆ। ਇਹ ਤਾਨਾਸ਼ਾਹ ਲੋਕ ਨੇ ਔਰ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬੇਅਦਬੀ ਨੂੰ ਹੈਂਡਲ ਕੀਤਾ, ਸੁਖਬੀਰ ਦੇ ਵੱਡੇ ਬਾਦਲ ਨੂੰ ਇਹ ਹੋ ਗਿਆ ਸੀਗਾ ਕਿ ਹੁਣ ਪੰਥ ਤਾਂ ਸਾਡੇ ਕਬਜ਼ੇ 'ਚ ਆ, ਐਸਜੀਪੀਸੀ ਸਾਡੇ ਕਬਜ਼ੇ 'ਚ ਆ, ਅਕਾਲ ਤਖ਼ਤ ਸਾਹਿਬ ਸਾਡੇ ਕਬਜ਼ੇ 'ਚ ਆ, ਤੇ ਸਾਨੂੰ ਪੁੱਛਣ ਵਾਲਾ ਕੌਣ ਆ? ਇਹ ਨਹੀਂ ਸੀ ਪਤਾ ਉਹਨਾਂ ਨੂੰ ਕਿ ਹਾਲਾਤ ਬਦਲਣਗੇ, ਲੋਕ ਪੁੱਛਣਗੇ, ਮੋਰਚੇ ਲੱਗਣਗੇ ਔਰ ਲੱਖਾਂ ਦੀ ਤਾਦਾਦ ਵਿੱਚ ਲੋਕ ਉਹ ਸ਼ਮੂਲੀਅਤ ਕਰਨਗੇ। ਸੋ ਇਸ ਕਰਕੇ ਇਟ ਵਾਸ ਆਲ ਅਕੋਰਡਿੰਗ ਟੂ ਦੀ ਵਿਸ਼ਿਸ ਐਂਡ ਦੀ ਵਟ ਸ਼ੁਡ ਆਈ ਸੇ ਆਰਡਰਸ ਆਫ ਦੀ ਦੈਨ ਚੀਫ ਮਿਨਿਸਟਰ ਐਂਡ ਦਾ ਡੈਪਟੀ ਚੀਫ ਮਿਨਿਸਟਰ, ਬਿਕੋਜ਼ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਡੀਫੈਕਟੋ ਚੀਫ ਮਿਨਿਸਟਰ ਰਹੇ ਨੇ ਪਿਛਲੇ 5 ਸਾਲ। ਅਸਲ ਚੀਫ ਮਿਨਿਸਟਰ ਦਾ ਕੰਮ ਡੇ ਟੂ ਡੇ ਵਰਕਿੰਗ ਅਫਸਰਾਂ ਨੂੰ ਬੁਲਾਉਣਾ ਕਰਨਾ, ਇਹ ਸੁਖਬੀਰ ਸਿੰਘ ਬਾਦਲ ਹੀ ਕਰਦਾ ਰਿਹਾ ਜੀ। ਦੋਨੋਂ ਜ਼ਿੰਮੇਵਾਰ ਨੇ, ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ। ਖੈਰਾ ਸਾਹਿਬ, ਮੈਂ ਇੱਕ ਗੱਲ ਤੁਹਾਡੇ ਕੋਲੋਂ ਹੋਰ ਪੁੱਛਣੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਚਾਹੇ ਉਹ ਬਹਿਬਲ ਕਲਾ ਕਾਰਡ ਹੋਵੇ, ਚਾਹੇ ਉਹ ਮੈਂ ਸਮਝਾਂਗਾ ਕਿ ਚਿੱਟੇ ਦਾ ਮਸਲਾ ਹੋਵੇ, ਮੈਨੂੰ ਵਿਧਾਨ ਸਭਾ ਦੇ ਵਿੱਚ ਸੱਤਾਧਾਰੀ ਧਿਰ ਜਿਹੜੀ ਹੈਗੀ ਹੈ ਉਹ ਦੋ ਧੜਿਆਂ ਦੇ ਵਿੱਚ ਵੰਡੀ ਲੱਗਦੀ ਹੈ। ਇੱਕ ਧਿਰ ਜਿਹੜੀ ਹੈ ਉਹ ਕਹਿੰਦੀ ਵੀ ਹੈ, ਬੋਲਦੀ ਵੀ ਹੈ, ਉਹ ਅਗੇਂਸਟ ਵੀ ਹੈ ਇਹਨਾਂ ਮਸਲਿਆਂ ਦੇ ਕਿ ਇਹ ਸਜ਼ਾਵਾਂ ਹੋਣੀਆਂ ਚਾਹੀਦੀਆਂ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਪਰ ਕੈਪਟਨ ਸਾਹਿਬ ਦਾ ਇੱਕ ਕੁਝ MLAs ਦੇ ਨਾਲ ਜਾਂ ਕੁਝ ਇੱਕ ਉਹਨਾਂ ਦੇ ਜਿਹੜੇ ਪਿੱਛੇ ਖੜ੍ਹੇ ਨੇ ਲੀਡਰ ਜਿਹੜੇ ਕਾਂਗਰਸ ਦੇ ਨੇ, ਕੁਛ ਸਟੇਟ ਦੇ ਲੋਕ ਨੇ, ਉਹਨਾਂ ਦੇ ਵਿੱਚ ਕੈਪਟਨ ਸਾਹਿਬ ਦੇ ਜਿਹੜੇ ਗੂੰਗੀ ਚੁੱਪ ਦੇ ਵਸਤਰ ਪਹਿਨੇ ਹੋਏ ਨੇ ਉਹ ਹਿੱਲ ਜੁੱਲ ਹੀ ਨਹੀਂ ਕਰਦੇ। ਪਿਛਲੇ ਦਿਨਾਂ ਦੇ ਵਿੱਚ ਮਾੜੀ ਮੋਟੀ ਇਹ ਸਟੇਟਮੈਂਟ ਆਈ ਹੈ, ਨਹੀਂ ਤਾਂ ਪਹਿਲਾਂ ਤਾਂ ਬਿਲਕੁਲ ਹੀ ਉਹਨਾਂ ਦੀ ਖਾਮੋਸ਼ੀ ਜਿਹੜੀ ਹੈ ਉਹ ਕੀ ਬਿਆਨ ਕਰਦੀ ਹੈ ਇਹਨਾਂ ਮਸਲਿਆਂ ਦੇ ਉੱਤੇ? ਦੇਖੋ, ਇਹ ਗੱਲ ਕੋਈ ਸ਼ੱਕ ਨਹੀਂ ਗਾ ਕਿ ਜਿਹੜੀ ਕਾਂਗਰਸ ਦਾ ਇੱਕ ਵੱਡਾ ਇੱਕ ਧੜਾ ਵਾ ਜਿਹੜਾ ਕਿ ਐਕਸ਼ਨ ਚਾਹੁੰਦਾ, ਉਹਨਾਂ ਨੂੰ ਪਤਾ ਵਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਲੌਜੀਕਲ ਕੰਕਲੂਜਨ ਤਾਂ ਬਾਦਲਾਂ ਨੂੰ ਨਾ ਫੜਿਆ ਗਿਆ ਜਾਂ ਡਰੱਗਸ ਦੇ ਸਿਲਸਿਲੇ ਵਿੱਚ ਮਜੀਠੀਏ ਨੂੰ ਟਾਰਗੇਟ ਨਾ ਅਰੈਸਟ ਨਾ ਕੀਤਾ ਗਿਆ, ਉਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ ਲੋਕਾਂ 'ਚ। ਪਰ ਕੈਪਟਨ ਅਮਰਿੰਦਰ ਸਿੰਘ ਇੱਕ ਡਿਫਰੈਂਟ ਥੋਟ ਪ੍ਰੋਸੈਸ ਦੇ, ਉਹਨਾਂ ਨੂੰ ਪਤਾ ਕਿ ਮੇਰੀ ਅਖੀਰਲੀ ਟੈਨਿਊਰ, ਉਹ ਕਹਿ ਚੁੱਕੇ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਜੀ, ਔਰ ਉਹਨਾਂ ਦੇ ਕੇਸਾਂ ਦੀ ਆਪਸ ਵਿੱਚ ਬਾਦਲਾਂ ਨਾਲ ਸਹਿਮਤੀ ਹੋ ਚੁੱਕੀ ਆ। ਅਮਰਿੰਦਰ ਦੇ ਖਿਲਾਫ ਜਿਹੜੇ ਦੋ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਸੀ, ਲੁਧਿਆਣਾ ਸਿਟੀ ਸੈਂਟਰ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਉਹ ਬਾਦਲ ਦਾ ਪਰਿਵਾਰ ਸੱਤਾ ਛੱਡਣ ਤੋਂ ਪਹਿਲਾਂ ਉਹਦੇ ਕੈਂਸਲੇਸ਼ਨ ਰਿਪੋਰਟਸ ਫਾਈਲ ਕਰ ਚੁੱਕੇ ਨੇ। ਔਰ ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਪਾਕਿਸਤਾਨ ਦੇ ਖਿਲਾਫ ਬੈਡ ਮਾਊਥਿੰਗ ਕਰਦੇ ਨੇ, ਔਰ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਇੱਕ ਬੜੇ ਪਾਇਸ ਫੰਕਸ਼ਨ ਦੇ ਉੱਤੇ ਵੀ ਕਿੱਦਾਂ ਕਿਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ। ਕੈਪਟਨ ਅਮਰਿੰਦਰ ਸਿੰਘ ਅੱਜ BJP ਦੀ ਨੈਸ਼ਨਲ ਗਵਰਨਮੈਂਟ ਤੋਂ ਵੀ ਡਰਦੇ ਨੇ। ਉਹਨਾਂ ਦੇ ਜਿਹੜੇ ਮੁਕੱਦਮੇ ਚੱਲਦੇ ਨੇ ਨਾ, ਉਹਨਾਂ ਦਾ ਇੱਕ ਸਨ ਇਨ ਲਾਅ ਉਹਨਾਂ ਦਾ ਗੁਰਪਾਲ ਸਿੰਘ ਆ, ਸੰਭੌਲੀ ਸ਼ੂਗਰ ਮਿੱਲ ਆ UP ਦੇ ਵਿੱਚ ਜੀ। CBI ਨੇ, ਮੋਦੀ ਦੀ ਗਵਰਨਮੈਂਟ ਦੀ CBI ਨੇ ਉਹਨਾਂ ਤੇ 100 ਕਰੋੜ ਰੁਪਏ ਦੇ ਗਮਨ ਦਾ ਪਰਚਾ ਦਰਜ ਕੀਤਾ ਹੋਇਆ, ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਵਾ ਉਹਦੇ ਖਿਲਾਫ਼, ਪਰ ਫੜ ਦੇਣਗੇ, ਤਲਵਾਰ ਟੰਗੀ ਹੋਈ ਆ। ਐਂਡ ਸੈਕਿੰਡਲੀ, ਜਿਹੜੀ ਇਹਨਾਂ ਦੇ ਸਵਿਟਜ਼ਰਲੈਂਡ ਦੇ ਕਾਲੇ ਧਨ ਦੇ ਖਾਤਿਆਂ ਦੀ ਆਈ ਨਾ ਬ੍ਰਿਟਿਸ਼ ਵਰਜਨ ਆਈਲੈਂਡ ਤੋਂ ਇੱਕ ਸ਼ਿਕਾਇਤ ਪੈਂਡਿੰਗ ਆ, ਉਹ ਵੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਕੰਟਰੋਲ ਆ ਉਹਦਾ ਜੀ, ਜਿਹਦੇ 'ਚ ਉਹ ਕਹਿੰਦੇ ਨੇ ਕਿ ਇਹਨਾਂ ਦੇ ਪ੍ਰੋਪਰਟੀਜ਼ ਨੇ UK ਦੇ ਵਿੱਚ ਤੇ ਦੁਬਈ ਦੇ ਵਿੱਚ ਇਹਨਾਂ ਦੇ ਵਿਲਾਜ਼ ਨੇ ਤੇ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਕਾਲੇ ਧਨ ਦੇ ਖਾਤੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਇਜ਼ ਅੰਡਰ ਕੰਪਰੋਮਾਈਜ਼ ਵਿਦ ਦ ਬਾਦਲ ਫੈਮਲੀ ਐਂਡ ਇਜ਼ ਆਲਸੋ ਅੰਡਰ ਕੰਪਰੋਮਾਈਜ਼ ਵਿਦ ਦ
ਬੀਜੇਪੀ ਗਵਰਨਮੈਂਟ ਐਟ ਦਾ ਨੈਸ਼ਨਲ ਲੈਵਲ ਤੁਸੀਂ ਦੇਖੋਗੇ ਕਿਸੇ ਗਵਰਨਮੈਂਟ ਨੇ ਆਪਣਾ ਡੀਜੀਪੀ ਉਧਾਰ ਲਿਆ ਕਦੇ ਅੱਜ ਤਾਈਂ ਪੰਜਾਬ ਦੇ ਵਿੱਚ? ਨਾ ਜੀ, ਨਾ 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 ਬੀਜੇਪੀ ਵੀ ਸੁਰੇਸ਼ ਅਰੋੜਾ ਜਿਹੜਾ ਸੀ ਔਰ ਹੁਣ ਵੀ ਜਿਹੜਾ ਬਣਾਇਆ ਦਿਨਕਰ ਗੁਪਤਾ ਜੀ, ਇਹਦੀ ਅਪੁਆਇੰਟਮੈਂਟ ਬਿਲੀਵ ਯੂ ਮੀ ਮਿਸਟਰ ਅਜੀਤ ਡੋਵਲ ਜਿਹੜੇ ਕਿ ਪ੍ਰਾਈਮ ਮਿਨਿਸਟਰ ਮੋਦੀ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹ ਚਲਾ ਰਹੇ ਨੇ ਪੰਜਾਬ ਦੀ ਪੁਲਿਸ ਤੋਂ ਉੱਥੋਂ। ਇਸ ਲਈ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਖਿਲਾਫ ਨਾ ਬੋਲ ਰਹੇ ਨੇ। ਔਰ ਦੇਖੋ ਨਾ, ਵਿਧਾਨ ਸਭਾ ਦੇ ਵਿੱਚ ਸਾਰੀ ਰੌਲਾ ਪਿਆ ਕਿ ਡਰੱਗਸ ਦਾ ਮਸਲਾ, ਉਹ ਕਹਿੰਦਾ ਜੀ ਮੈਂ ਤਾਂ ਵੱਡੇ ਸਾਰੇ ਮਗਰਮੱਛ ਫੜ ਲਏ ਨੇ ਤੇ ਸਭ ਤੋਂ ਵੱਡਾ ਮਗਰਮੱਛ ਤਾਂ ਬੈਠਾ ਸੀ ਉਹਨਾਂ ਦੇ ਸਾਹਮਣੇ। ਔਰ ਇੱਥੇ ਦੁਖਦਾਇਕ ਗੱਲ ਹੈ ਕਿ ਮੈਂ ਉਦੋਂ ਗੈਰ ਹਾਜ਼ਰ ਸੀ, ਮੈਂ ਹੈ ਨਹੀਂ ਸੀਗਾ, ਮੇਰੇ ਦਿੱਲੀ ਸਾਡੇ ਤੇ ਜਿਹੜਾ ਡਰੱਗਸ ਦਾ ਕੇਸ ਬਣਾਇਆ ਜੀ, ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ। ਕਿਸੇ ਵੀ, ਦੇਖੋ ਆਮ ਆਦਮੀ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ ਬੈਠਾ, ਉਹਨੇ ਨਾ ਹੀ ਨਹੀਂ ਲਿਆ ਜੀ, ਬਿਲਕੁਲ ਖਾਮੋਸ਼ੀ। ਆਮ ਆਦਮੀ ਪਾਰਟੀ ਦੀ ਤਾਂ ਐਨਆਰਆਈ ਦੀਆਂ ਲਾਲ ਲੀਕ ਦੇ ਅੰਦਰ ਜਾਇਦਾਦਾਂ ਦੇ ਉੱਤੇ ਕਾਬਜ਼ ਲੋਕਾਂ ਦੇ ਨਾਂ ਦੇ ਉੱਤੇ ਵੀ ਐਡੀ ਖਾਮੋਸ਼ੀ ਹੈ ਕਿ ਐਨਆਰਆਈਜ਼ ਦੇ ਪੈਸਿਆਂ ਨਾਲ ਇਲੈਕਸ਼ਨ ਲੜ ਕੇ ਅਪੋਜੀਸ਼ਨ ਦੇ ਲੀਡਰ ਬਿਲਕੁਲ ਹੀ, ਮਤਲਬ ਮੈਂ ਸਮਝਾਂਗਾ ਕਿ ਚੂੜੀਆਂ ਪਾ ਕੇ ਬੈਠੇ ਨੇ। ਤੁਸੀਂ ਦੇਖੋ ਨਾ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਵੰਗਾਰ ਰਿਹਾ ਸੀਗਾ ਔਰ ਟੈਲੀਵਿਜ਼ਨ ਦੇ ਬਾਅਦ ਦੇ ਵਿੱਚ ਜੀ ਟੀਵੀ ਦੇ ਉੱਤੇ ਮਿਸਟਰ ਦਿਨੇਸ਼ ਨੇ ਜਿਹੜੇ ਉਹਨਾਂ ਦੇ ਹੈਗੇ ਨੇ ਐਡੀਟਰ ਜੀ, ਉਹਨੇ ਟੀਵੀ ਤੇ ਇੱਕ ਵਾਰੀ ਨਹੀਂ ਕਈ ਵਾਰੀ ਪੁੱਛਿਆ ਕਿ ਮਿਸਟਰ ਚੀਮਾ ਤੁਸੀਂ ਦੱਸੋ ਨਾ ਕਿ ਵੱਡਾ ਮਗਰਮੱਛ ਕਿਹੜਾ, ਉਹ ਘੁਆਉਣਾ ਚਾਹੁੰਦਾ ਸੀਗਾ ਕਿ ਵਿਕਰਮ ਮਜੀਠੀਆ ਵੱਡਾ ਮਗਰਮੱਛ ਆ। ਲੇਕਿਨ ਅੰਦਰ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਮੁਦਈ ਲੋਕ ਨੇ ਇੱਕ ਸ਼ਬਦ ਨਹੀਂ ਬੋਲਿਆ, ਨਹੀਂ ਤਾਂ ਉੱਠ ਕੇ ਕਹਿ ਹੀ ਸਕਦੇ ਸੀ ਕਿ ਆਹ ਬੈਠਾ ਜੀ ਇਹ ਹੈ ਕਲਪ੍ਰਿਟ, ਇਸ ਨੂੰ ਅਰੈਸਟ ਕੀਤਾ ਜਾਵੇ, ਇੱਕ ਸ਼ਬਦ ਹੀ ਕਹਿਣਾ ਸੀਗਾ ਨਾ। ਰਾਈਟ ਰਾਈਟ, ਇਹ ਸਾਰਾ ਔਰ ਮਿਲੀ ਭੁਗਤ ਦੀ ਰਾਜਨੀਤੀ ਚੱਲ ਰਹੀ ਸਾਰੇ। ਖੈਰਾ ਸਾਹਿਬ, ਤੁਹਾਨੂੰ ਲੱਗਦਾ ਕਿ ਜਿਹੜੀ ਮੈਂ ਸਮਝਾਂਗਾ ਕਿ ਪੁਲਵਾਮਾ ਕਾਂਡ ਦੇ ਉੱਤੇ ਤੁਹਾਡੀਆਂ ਸਟੇਟਮੈਂਟਾਂ ਨੂੰ ਤਰੋੜ ਮਰੋੜ ਕੇ ਮੀਡੀਆ ਵਾਲੇ ਪਾਸੇ ਨੂੰ ਲੈ ਕੇ ਜਾਣਾ, ਤੁਹਾਨੂੰ ਅਤੇ ਨਵਜੋਤ ਸਿੱਧੂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕਰਨਾ, ਔਰ ਉਹ ਮੈਂ ਸਮਝਾਂਗਾ ਕਿ ਬਹਿਬਲ ਕਲਾ ਔਰ ਇਸ ਪੁਲਿਸ ਅਫਸਰਾਂ ਦੀਆਂ ਗ੍ਰਿਫਤਾਰੀਆਂ ਨੂੰ ਰਾਮ ਰੌਲੇ ਦੇ ਵਿੱਚ ਪਾਉਣਾ, ਵਿਧਾਨ ਸਭਾ ਤੋਂ ਲੈ ਕੇ ਗਲੀਆਂ ਤੱਕ ਸਟੇਟਮੈਂਟਾਂ ਜਿਹੜੀਆਂ ਨੇ ਉਹ ਜਾਰੀ ਕਰਵਾ ਕੇ, ਮਤਲਬ ਲੋਕਾਂ ਦੇ ਅੰਦਰ ਇੱਕ ਏਡੀ ਵੱਡੀ ਕਨਫਿਊਜ਼ਨ ਕ੍ਰੀਏਟ ਕਰਨੀ ਕਿ ਨਵਜੋਤ ਨੇ ਆਹ ਕਹਿ ਦਿੱਤਾ, ਖਹਿਰੇ ਨੇ ਆਹ ਕਹਿ ਦਿੱਤਾ। ਭਾਵੇਂ ਤੁਸੀਂ ਵੱਖ ਵੱਖ ਰਾਜਨੀਤਿਕ ਮੰਚਾਂ ਦੇ ਉੱਤੇ ਹੋ, ਪਰ ਲੋਕ ਇਹ ਮੰਨਦੇ ਨੇ ਕਿ ਤੁਸੀਂ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਜਿਹੜੀ ਹੈ, ਦੋ ਤਿੰਨ ਬੰਦੇ ਜਿਹੜੇ ਉਹ ਕਰਨ ਵਾਲੇ ਪੰਜਾਬ ਦੇ ਵਿੱਚ ਹੈਗੇ ਨੇ। ਸੋ ਇਹੀ ਸਾਜਿਸ਼ ਤਾਂ ਨਹੀਂ ਸੀ ਕਿ ਸੁਮੇਧ ਸੈਣੀ ਤੱਕ ਇਹ ਕੰਮ ਪਹੁੰਚਣ ਤੋਂ ਪਹਿਲਾਂ ਰਾਮ ਰੌਲੇ ਦੇ ਵਿੱਚ ਇਸ ਮਸਲੇ ਦੇ ਵਿੱਚ ਨਿਗਾ ਦਿਓ ਕੰਮ ਨੂੰ? ਇਹ ਇਸ ਤੋਂ ਵੀ ਵੱਡੀ ਸਾਜਿਸ਼ ਸੀ ਜੀ। ਇਲੈਕਸ਼ਨਸ ਪਾਰਲੀਮੈਂਟ ਦੀਆਂ ਅਰਾਊਂਡ ਦਾ ਕਾਰਨਰ ਹੈ 2019 ਦੀਆਂ, ਔਰ ਇਲੈਕਸ਼ਨਸ ਦੇ ਸਮੇਂ ਹੀ ਇਦਾਂ ਦੇ ਵੱਡੇ ਵੱਡੇ ਬਲਾਸਟ ਦਾ ਮੋਡ ਬੋਮ ਬਲਾਸਟ ਹੋਇਆ ਸੀ 2017 ਦੀ ਇਲੈਕਸ਼ਨ ਦੇ ਦਰਮਿਆਨ ਜੀ। ਤੋ ਸਾਡਾ ਇਹ ਮੰਨਣਾ ਕਿ ਇਹ ਸਾਰੀਆਂ ਸ਼ਰਾਰਤਾਂ ਨੇ, ਔਰ ਜਿਹੜੀ ਫ੍ਰੈਂਜ਼ੀ ਬਿਲਡਅਪ ਕੀਤੀ ਗਈ, ਨਵਜੋਤ ਸਿੱਧੂ ਦਾ ਪੂਰਾ ਬਿਆਨ ਤਾਂ ਕੋਈ ਕਿਸੇ ਨੇ ਸੁਣਿਆ ਨਹੀਂ ਜੀ, ਮੇਰਾ ਪੂਰਾ ਬਿਆਨ ਕਿ ਮੈਂ ਕੰਡੈਮ ਕੀਤੀਆਂ ਬਰੂਟਲ ਕਿਲਿੰਗਸ, ਉਹ ਕਿਸੇ ਨੇ ਸੁਣਿਆ ਨਹੀਂ। ਮੀਡੀਆ ਨੇ ਆਪਣੀਆਂ ਟੀਆਰਪੀ ਵਧਾਉਣ ਵਾਸਤੇ ਜਿਹੜੇ ਚੈਨਲਸ ਨੇ ਜੀ, ਉਹਨਾਂ ਨੇ ਉਹਨਾਂ ਹਿੱਸਾ ਐਡਿਟ ਕਰਕੇ ਜਿੱਥੇ ਮੈਂ ਐਟਰੋਸਿਟੀਜ਼ ਦੀ ਗੱਲ ਜੀ, ਮਤਲਬ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ, ਬੀਬੀਸੀ, ਸੀਐਨਐਨ, ਇੰਟਰਨੈਸ਼ਨਲ ਮੀਡੀਆ ਨੇ ਇਨਵੈਸਟੀਗੇਸ਼ਨ ਕਰਕੇ ਕਸ਼ਮੀਰ ਦੇ ਵਿੱਚ ਹੋਈਆਂ ਜਿਹੜੇ ਅਤਿਆਚਾਰ ਨੇ ਜਾਂ ਜਿਹੜੀਆਂ ਐਕਸੈਸਿਸ ਨੇ ਉਹ ਅੱਜ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਕੇਸਿਸ ਨੂੰ ਦਾ ਜ਼ਿਕਰ ਮੈਂ ਜਦੋਂ ਕੀਤਾ, ਇਹਨਾਂ ਨੇ ਉਹ ਹਿੱਸਾ ਚੁੱਕ ਲਿਆ। ਔਰ ਪੰਜਾਬ ਦੇ ਲੋਕਾਂ ਨੇ ਵੀ ਜਿੱਦਾਂ ਕਹਿੰਦੇ ਕਿ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੱਚ ਤੇ ਦਲੀਲ ਦੀ ਗੱਲ ਘੱਟ ਤੇ ਹੱਲਾ ਗੁੱਲਾ ਤੇ ਸ਼ੋਰ ਏਦਾਂ ਮਚਾਇਆ ਕਿ ਜਿਸ ਤਰ੍ਹਾਂ ਅਸੀਂ ਦੇਸ਼ ਧਰੋਈ ਹੁੰਦੇ ਨੇ। ਸੋ ਉਹਦੇ ਵਿੱਚ ਇਹ ਸਾਰੀ ਗੱਲ ਦੱਬ ਰਹੀ ਸੀਗੀ, ਬਰਗਾੜੀ ਵਾਲੀ ਵੀ ਦੱਬ ਰਹੀ ਸੀ, ਪੰਜਾਬ ਦੇ ਆਗੂਆਂ ਨੂੰ ਪਤਾ ਕਿ ਇਸ ਨੂੰ ਡਾਇਵਰਟ ਕਿੱਦਾਂ ਕਰਨਾ। ਸੋ ਇਹ ਸਾਰਾ ਕੁਛ ਕੀ ਕਹਿੰਦੇ ਟੋਟਲੀ ਪੋਲੀਟਿਸਾਈਜ਼ ਐਂਗਲ ਤੋਂ ਕੀਤਾ ਜਾ ਰਿਹਾ ਵਾ। ਸੋ ਆਹ ਜਿਹੜੀ ਬਰਗਾੜੀ ਦੀ ਤੁਸੀਂ ਗੱਲ ਕਰ ਰਹੇ ਹੋ, ਦੁੱਖ ਇਸ ਸਾਰੀ ਗੱਲ ਵਿੱਚ ਇਸ ਤਰ੍ਹਾਂ ਦਾ ਰਿਆਤ ਸਾਹਿਬ ਕਿ ਅਗਰ ਬਰਗਾੜੀ ਦਾ ਮੋਰਚਾ ਨਾ ਉੱਠਿਆ ਹੁੰਦਾ ਤੇ ਉਹਨਾਂ ਸੰਚਾਲਕਾਂ ਨੇ ਵੀ ਬਹੁਤ ਵੱਡੀ ਗਲਤੀ ਕੀਤੀ। ਮਹਿਜ਼ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਤੇ ਉਹ ਇੰਨਾ ਵੱਡਾ ਮੋਰਚਾ ਜਿਹਦੇ ਤੇ ਲੱਖਾਂ ਕਰੋੜਾਂ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਸੀਗੇ, ਅਗਰ ਉਹ ਮੋਰਚਾ ਅੱਜ ਉੱਥੇ ਲੱਗਿਆ ਹੁੰਦਾ ਤੇ ਗਵਰਨਮੈਂਟ ਨੇ ਹੁਣ ਤੱਕ ਲੌਜੀਕਲ ਕੰਕਲੂਜਨ ਤੇ ਉਹਨਾਂ ਨੂੰ ਗ੍ਰਿਫਤਾਰੀਆਂ ਕਰਨੀਆਂ ਪੈਣੀਆਂ ਸੀਗੀਆਂ। ਉਹ ਅਮਰਿੰਦਰ ਸਿੰਘ ਦੀ ਚਾਲ ਵਿੱਚ ਆ ਕੇ, ਮਾਫ ਕਰਨਾ, ਉਹ ਜੋ ਵੀ ਸੀਗੇ ਸਤਿਕਾਰਯੋਗ ਸਾਡੇ ਭਰਾ ਹੀ ਨੇ, ਬਟ ਉਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨਾਲ ਸਲਾਹ ਨਹੀਂ ਕੀਤੀ ਤੇ ਮੋਰਚਾ ਚੁੱਕ ਕੇ ਉਹ ਗਏ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਸਾਰੀ ਖੇਡ ਦਿੱਤੀ ਹੋਈ ਹੈ ਜੀ। ਉਹ ਲੋਕ ਸਭਾ ਚੋਣਾਂ ਜਿੱਤ ਕੇ ਆਪਣੇ ਨੰਬਰ ਬਣਾਉਣਗੇ, ਔਰ ਮੇਰਾ ਖਿਆਲ ਹੈ ਕਿ 5 ਸਾਲ ਪੂਰੇ ਕਰਨ ਦਾ ਅਹਿਦ ਜਿਹੜਾ ਉਹ ਕਾਂਗਰਸ ਹਾਈ ਕਮਾਂਡ ਕੋਲੋਂ ਲੈਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਇੰਨੀਆਂ ਸੀਟਾਂ ਜਿੱਤਾ ਦਿੱਤੀਆਂ ਨੇ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਸ ਵਿਸ਼ੇ ਦੇ ਉੱਤੇ ਬੜੀ ਡਿਟੇਲ ਵਾਈਜ਼ ਤੁਸੀਂ ਗੱਲ ਕੀਤੀ, ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ।
ਆਈ ਐਮ ਗ੍ਰੇਟਫੁਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਆ ਦੋਸਤੋ ਤੁਹਾਡੀਆਂ ਲਵਾਂਗੇ ਕਾਲ 7187865222 ਦੇ ਉੱਤੇ ਕਰ ਸਕਦੇ ਹੋ ਕਾਲ ਔਰ ਈਮੇਲ ਵੀ riyad@justbroadcasting.com ਔਰ info@justbroadcasting.com ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਹਾਜ਼ਰ ਹੋਏ ਤੁਹਾਡੀ ਖਿਦਮਤ ਦੇ ਵਿੱਚ ਕਰਾਂਗੇ ਤੁਹਾਡੇ ਨਾਲ ਵਿਚਾਰਾਂ ਹੈਲੋ ਸਤਿ ਸ਼੍ਰੀ ਅਕਾਲ ਛੋਟੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਭਾਈ ਗੱਲ ਆ ਵੀ ਜਿਸ ਸਪੀਡ ਨਾਲ ਹੋਣਾ ਪਿਛਲੇ ਆਪਣੇ ਪੰਜਾਂ ਚੋਂ ਹਫ਼ਤੇ ਡੇਢ ਹਫ਼ਤੇ ਚੱਲ ਰਿਹਾ ਹੈਗਾ ਪ੍ਰੋਗਰਾਮ ਜੀ ਉਸ ਹਿਸਾਬ ਨਾਲ ਜਾਪਦਾ ਤਾਂ ਹੈਗਾ ਬੜਾ ਕੁਛ ਹੋਏਗਾ ਲੇਕਿਨ ਸ਼ੱਕ ਇਸ ਗੱਲ ਦਾ ਆ ਰਿਹਾ ਹੈਗਾ ਵਾ ਜਿਸ ਵਿੱਚ ਸੈਣੀ ਨੇ ਸਿੱਧੀ ਮਿੱਟੀ ਆ ਕੇ ਸਾਰਾ ਕੁਝ ਦੱਸਤਾ ਮੇਰੀ ਆਹ ਕਹਾਣੀ ਬਣੀ ਹੈਗੀ ਆ ਜਿੱਥੋਂ ਬਾਲ ਸਾਹਿਬ ਨੂੰ ਡਰ ਲੱਗਿਆ ਹੈਗਾ ਬਾਲ ਸਾਹਿਬ ਤਕਲੀਫ਼ ਇਹ ਨਹੀਂ ਹੋਈ ਵੀ ਉਮਰਾਂ ਨੇ ਫੜਿਆ ਗਿਆ ਉਹਦੇ ਨਾਲ ਕੀ ਹੋਊਗਾ ਮੈਨੂੰ ਸਮੇਸ਼ ਸੈਣੀ ਦੇ ਜਿਹੜੇ ਜਦੋਂ ਉਹਦੇ ਉਹਨਾਂ ਸੱਦਿਆ ਹੈਗਾ ਤਾਂ ਉਹਨੂੰ ਡਰ ਪੈ ਗਿਆ ਵੀ ਜੇ ਮੇਰੀ ਰਿਕਾਰਡਿੰਗ ਉਹਨਾਂ ਕਢਾਤੀ ਜਿਹੜਾ 2 ਵਜੇ ਫੋਨ ਕੀਤਾ ਹੈਗਾ ਵਾ ਤੇ ਉਹਦੇ ਕੋਲ ਜਵਾਬ ਕੀ ਆ ਇਹ ਉਹਨੂੰ ਪਤਾ ਹੈ ਵੀ ਇਹਦੇ ਸਮੇਸ਼ ਸੈਣੀ ਤੋਂ ਬਾਅਦ ਹੁਣ ਉਹਦੇ ਮੁੰਡੇ ਦੀ ਵਾਰੀ ਆਉਣੀ ਆ ਉਹਦੇ ਮੁੰਡੇ ਕਰਕੇ ਉਹਨੂੰ ਦੁੱਖ ਹੋਇਆ ਵਾ ਸ਼ਾਇਦ ਸਮੇਸ਼ ਸੈਣੀ ਦਾ ਵੀ ਦੁੱਖ ਨਾਲ ਹੁੰਦਾ ਇਸ ਕਰਕੇ ਜੇ ਤੇ ਇਹ ਸੱਜੇ ਸਾਲਾ ਚੱਲ ਰਿਹਾ ਹੈਗਾ ਇਸ ਵੇਲੇ ਰਾਜਾ ਜਿਹਦੇ ਸਿੱਧੀ ਉੱਥੇ ਟਿਕਿਆ ਰਿਹਾ ਤੇ ਜੇ ਐਵੇਂ ਉਹ ਕੁੰਗਲ ਮਿੱਟੀ ਚੜ੍ਹ ਵਾਲਾ ਮਜਬੂਰੀ ਬਸ ਇਸ ਵੇਲੇ ਚੱਲ ਰਿਹਾ ਕਿਉਂਕਿ ਆਪੋਜੀਸ਼ਨ ਪਾਰਟੀ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਆਪੋਜੀਸ਼ਨ ਹੈ ਔਰ ਇਸ ਚੀਜ਼ ਨੂੰ ਉਹਨਾਂ ਨੇ ਇੱਕ ਮਤਲਬ ਢਾਲ ਬਣਾ ਕੇ ਲੋਕ ਸਭਾ ਦੀ ਚੋਣ ਜਿਹੜੀ ਹੈ ਉਹ ਜਿੱਤਣੀ ਹੈ ਕਿਉਂਕਿ ਉਹਨੂੰ ਵੀ ਮਿਸ਼ਨ ਦਿੱਤਾ ਹੋਇਆ ਨਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੇਕਿਨ ਜਿਹੜੀ ਤੁਸੀਂ ਅੱਜ ਨਵੀਂ ਗੱਲ ਦੱਸੀ ਹੈਗੀ ਵੀ ਭਾਰਤੀ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਉਹਦੇ ਨਾਲ ਵੀ ਇਹਦਾ ਹੈਗਾ ਕਹਾਣੀ ਦੀ ਇਸ ਕਰਕੇ ਡਰ ਉੱਥੋਂ ਲੱਗਦਾ ਹੈਗਾ ਵੀ ਜੇ ਉਹਨਾਂ ਨੇ ਕਿੱਲੀ ਮਰੋੜ ਦੀ ਉੱਤੋਂ ਸ਼ਾਇਦ ਰਾਜਾ ਜਿਹੜਾ ਨੱਥਾ ਹੋ ਜਾਵੇ ਉਹਨਾਂ ਲੈਣ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੇ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਹਾਂਜੀ ਸਰ ਮੈਂ ਵੱਡੇ ਬਾਦਲ ਸਾਹਿਬ ਬਾਰੇ ਗੱਲ ਕਰਨੀ ਜੀ ਜੀ ਉਹਨਾਂ ਉਹ ਇਨਕੁਆਇਰੀ ਉੱਧਰ ਜਾ ਰਹੀ ਉਹਨਾਂ ਵੱਲ ਸੁਖਬੀਰ ਵੱਲ ਜੀ ਤੇ ਇਸ ਕਰਕੇ ਉਹ ਘਬਰਾਏ ਨੇ ਤਾਂ ਪਹਿਲਾਂ ਹੀ ਆਪਣਾ ਮਤਲਬ ਕਿ ਉਹ ਬਿਆਨ ਦੇਣ ਲੱਗ ਪਏ ਮੈਨੂੰ ਗ੍ਰਿਫਤਾਰ ਕਰ ਲਓ ਲੋਕਾਂ ਦੀ ਜਿਹੜੀ ਹੈ ਸਿੰਪਥੀ ਮਤਲਬ ਕਿ ਹਾਸਲ ਕਰਨ ਵਾਸਤੇ ਹੋਰ ਕੋਈ ਨਹੀਂ ਡਰਾਮਾ ਹੀ ਹੈ ਵੈਸੇ ਰਾਈਟ ਰਾਈਟ ਮਤਲਬ ਇਸ ਮਸਲੇ ਤੇ ਬਾਦਲ ਸਾਹਿਬ ਨੂੰ ਵੀ ਸਿੰਪਥੀ ਨਹੀਂ ਹਾਸਲ ਕਰਨੀ ਚਾਹੀਦੀ ਹਾਂਜੀ ਇੱਕ ਚੀਜ਼ ਹੋਰ ਕਹਿੰਦਾ ਮੈਂ ਮਤਲਬ ਕਿ ਆਪ ਦੋ ਸਿੱਧੂ ਦੇ ਕਹਿੰਦੇ ਸੀ ਨਾ ਵੀ ਇਹ ਤੇ ਕੇਸ ਹੋਣਾ ਚਾਹੀਦਾ ਤੇ ਜੇ ਇਹਨਾਂ ਸੰਵਿਧਾਨ ਦੀ ਕਾਪੀਆਂ ਪਾੜੀਆਂ ਹੀ ਤੇ ਨਹੀਂ ਦੇਸ਼ ਧਰੋਹੀ ਦਾ ਕੇਸ ਨਹੀਂ ਆਪ ਸਟੇਟਮੈਂਟ ਦਿੱਤੀ ਮਤਲਬ 1 ਮਿੰਟ ਦੇ ਵਿੱਚ ਦੇਸ਼ ਧਰੋਹੀ ਬਣਾ ਦਿੰਦੇ ਨੇ ਬੰਦਿਆਂ ਨੂੰ ਜਿਹਨੂੰ ਜੀ ਤੂੰ ਜੀ ਕੀਤਾ ਮੈਂ ਹੋਰ ਮਾਫ ਕਰਨਾ ਮੈਂ ਪੁੱਛਣਾ ਕੱਲ ਦਾ ਜਿਹੜਾ ਸੀ ਤੁਹਾਡਾ ਮੁੱਦਾ ਜੀ ਲਾਲ ਕੀ ਪਿੰਡ ਹੈ ਜੀ ਕਿ ਜਾਂ ਸ਼ਹਿਰਾਂ ਚ ਹੁੰਦਾ ਨਹੀਂ ਜੀ ਜਿਹੜੇ ਦਿਹਾਤੀ ਪਿੰਡ ਨੇ ਸਾਰੇ ਜਿਨ੍ਹਾਂ ਦੇ ਵਿੱਚ ਨਗਰ ਪੰਚਾਇਤਾਂ ਨੇ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਨੇ ਨਾ ਜੀ ਮਤਲਬ ਉਹ ਮਤਲਬ ਪਿੰਡੂ ਪੰਚਾਇਤ ਨਹੀਂ ਹੁੰਦੀ ਜਿਹਨਾਂ ਵਿੱਚ ਪੰਚਾਇਤ ਜਿਸ ਜਗ੍ਹਾ ਦੇ ਉੱਤੇ ਉੱਥੇ ਲਾਲ ਲੀਕ ਹੈ ਮਤਲਬ ਕਾਰਪੋਰੇਸ਼ਨਾਂ 'ਚ ਨਹੀਂ ਕਾਰਪੋਰੇਸ਼ਨਾਂ ਦੇ ਵਿੱਚ ਨਹੀਂ ਹੈ ਜੀ ਠੀਕ ਹੈ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨੀ ਹੈਲੋ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਭਾਈ ਬਾਤ ਬੋਲਦਾ ਸ਼ਿਵਕੁਮਾਰ ਸਾਹਿਬ ਤੋਂ ਜੀ ਦੇਖੋ ਦੋ ਭਾਈ ਅਸੀਂ ਦੇਖੇ ਹੈਗੇ ਹਾਂ ਜਦੋਂ 82 ਵਾਲਾ ਚੱਕਰ ਸੀਗਾ ਜੀ ਬਾਦਲ ਨੇ ਲੋਕਾਂ ਨੂੰ ਕਿਹਾ ਵੀ ਮੋਰਚਾ ਲਾਓ ਅਸੀਂ ਵਿੱਚ ਸੀਗੇ ਸਾਨੂੰ ਅਟੈਂਡ ਕੀਤਾ ਦਰਬਾਰ ਸਾਹਿਬ ਉਸਨੇ ਚੱਕਿਆ ਬਾਹਰ ਛੱਡਤਾ ਇਸ ਕੋਲ ਪੈਸੇ ਨਹੀਂ ਸੀਗੇ ਦੂਜਾ ਜਿਹੜਾ ਰੋਪੜ ਸੀਗਾ ਆਪਣੇ ਕੈਪਟਨ ਦੇ ਆਪਣੇ ਬਲ ਦੇ ਵਿਰੁੱਧ ਉਹਦੇ ਵਿੱਚ ਸਾਡਾ ਵਕੀਲ ਸੀਗਾ ਚਮਕੌਰ ਸਾਹਿਬ ਤੋਂ ਜਿਹੜਾ ਬਲ ਦਾ ਵਕੀਲ ਸੀਗਾ ਧਮਨ ਸਾਡਾ ਉਹ ਫੈਮਿਲੀ ਬੰਦਾ ਸੀਗਾ ਜੀ ਉੱਥੇ ਸਮਝੌਤਾ ਹੋਇਆ ਉਹ ਦੋ ਜਿਹੜਾ ਪਹਿਲਾਂ 2004 ਚ ਕੇਸ ਸੀਗਾ ਇਹ ਭਾਜੀ ਦੋਨੇ ਮਿਲੇ ਹੋਏ ਆ ਇਹਦੇ ਵਿੱਚ ਕੁਛ ਨੀ ਪਤਾ ਕਿ ਤਾਂ ਹੀ ਕੋਈ ਗੱਲ ਨੀ ਹੋ ਰਹੀ ਹੈਗੀ ਤੁਹਾਨੂੰ 2 ਦੱਸਤੇ 82 ਵਾਲਾ ਮੁਲਕ ਵੀ ਦੱਸਤਾ ਉਹ ਸਾਰਾ ਹੀ ਪਿੰਡਰਾਂ ਦੇ ਕੇਸ ਬਾਦਲ ਨੇ ਲਾਇਆ ਸੀਗਾ ਲੋਕਾਂ ਨੂੰ ਗੁਰਾਹ ਕੀਤਾ ਤੁਸੀਂ ਲੈ ਕੇ ਆਓ ਲੋਕ ਜਿਹੜੇ ਪਾਣੀ ਬਣੇ ਸਾਰੇ ਜਾਣਦੇ ਆ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਕਾਲ ਕਰ ਸਕਦੇ ਹੋ 7187865222 7187 ਐਂਡ ਆਲਸੋ ਈਮੇਲ riyad@justbroadcasting.com ਔਰ info@justbroadcasting.com ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆ ਦੋਸਤੋ ਮੈਂ ਹਾਜ਼ਰ ਹੋਏ ਹਾਂ ਬਿਲਕੁਲ ਬਕਾਇਦਾ ਤੌਰ 'ਤੇ ਛੋਟੇ ਛੋਟੇ ਵਿਚਾਰ ਲਈਏ ਤੁਹਾਡੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸ਼ਮਸ਼ੀਰ ਰੰਧਾਵਾ ਬੋਲਦਾ ਜੀ ਰੰਧਾਵਾ ਜੀ ਜੀ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਇਹੀ ਗਰੁੱਪ ਆ ਜਿਹੜਾ ਬਾਦਲ ਗਰੁੱਪ ਇੱਕ ਟਾਈਮ ਤੇ ਕਹਿੰਦਾ ਸੀ ਵੀ ਅਸੀਂ ਕਮਿਸ਼ਨ ਨਹੀਂ ਮੰਨਦੇ ਜਸਟਿਸ ਰਣਜੀਤ ਸਿੰਘ ਨੂੰ ਤੇ ਹੁਣ ਪੂਰੀ ਇਨਕੁਆਇਰੀ ਤਾਂ ਹੋ ਲੈਂਦੇ ਪਹਿਲਾਂ ਕਿਉਂ ਗ੍ਰਿਫਤਾਰ ਹੋਣ ਫਿਰ ਮਾਸ਼ਾ ਦੇਖ ਲੈਣ ਜਿੱਦਾਂ ਗੱਲਾਂ ਕਰਦੇ ਸੀ ਵਿਕਰਮ ਮਜੀਠੀਆ ਸੁਖਬੀਰ ਬਾਦਲ ਰਾਈਟ ਜਿੰਨਾ ਇਹਨਾਂ ਨੇ ਬਕਵਾਸ ਕਰਿਆ ਉਦੋਂ ਸਾਨੂੰ ਦੁੱਖ ਲੱਗਦਾ ਸੀ ਮੈਂ ਉਹਨਾਂ ਦਾ ਭਤੀਜਾ ਬੋਲਦਾ ਅੱਜ ਸਾਨੂੰ ਸ਼ਾਂਤੀ ਆ ਮਨ ਨੂੰ ਪੂਰਾ ਜੇ ਤਸੱਲੀ ਹੋਊਗੀ ਇਹਨਾਂ ਦੀ ਚੰਗੀ ਤਰ੍ਹਾਂ ਵਿੱਚ ਸਮੇਤ ਸੈਣੀ ਦੇ ਵੀ ਸਾਰਾ ਕੁਛ ਅੱਗੇ ਆਊਗਾ ਔਰ ਸਾਡੇ ਪਿੰਡ 'ਚ 1984 ਦੇ ਵੇਲੇ ਸਭ ਤੋਂ ਵੱਧ ਮਰਡਰ ਸਾਡੇ ਪਿੰਡ 'ਚ ਹੋਏ ਸੀਗੇ ਥੈਂਕ ਯੂ ਵੀਰ ਜੀ ਮਿਹਰਬਾਨੀ ਮਿਹਰਬਾਨੀ ਹੈਲੋ ਹਾਂਜੀ ਛੋਟੇ ਭਾਈ ਤੁਹਾਨੂੰ
ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੇਰੀ ਇੱਕ ਬੇਨਤੀ ਸਾਡੇ ਪ੍ਰਵਾਸੀ ਭਾਰਤੀਆਂ ਨੂੰ ਕਰ ਦਿਓ, ਖਹਿਰਾ ਸਾਹਿਬ ਕੋ ਹੋਰ ਤਾਂ ਚੁੱਪ ਕਰ ਗਏ ਆ ਜੀ, ਇਹ ਪਾਰਟੀ ਆਏ ਤਾਂ ਕੋਈ ਬੋਲਣ ਨੂੰ ਮਿਲ ਉਹਦੇ ਖਿਲਾਫ ਜਿਹੜਾ ਕਾਨੂੰਨ ਬਣਾਉਣ ਲੱਗਾ। ਰਾਈਟ ਰਾਈਟ ਰਾਈਟ, ਜ਼ਰੂਰ ਜ਼ਰੂਰ ਜ਼ਰੂਰ, ਬਾਕੀ ਤਾਂ ਸਾਰੇ ਸੌਂ ਗਏ ਆ। ਹਾਂਜੀ ਹਾਂਜੀ, ਬਾਕੀ ਸਾਰੇ ਸੌਂ ਗਏ ਜੀ। ਹਰ ਬਾਕੀ ਹੁਣ ਜਿਹੜਾ ਆਪਣੇ ਬਾਦਲ ਸਾਹਿਬ ਦਾ ਚੱਲਿਆ ਆ ਡਰਾਮਾ, ਇਹ ਦੱਸੋ ਕਹਿੰਦਾ ਉਹ ਕਹਿੰਦੇ ਨੇ ਹੁੰਦੇ ਇੰਡੀਆ ਚ ਵੀ ਕਾਕਾ ਤੂੰ ਘਰ ਬੈਠ ਮੈਂ ਆਪਣੇ ਸਿਰ ਕੇਸ ਲੈਣਾ, ਉਹੀ ਗੱਲ ਹੋਈ ਆ ਤੇ ਤੁਰ ਪਿਆ। ਮੈਂ ਖਾ ਪੀ ਲਿਆ, ਕਹਿੰਦਾ ਕਾਕਾ ਤੂੰ ਤੈਨੂੰ ਨਾ ਕੁਛ ਹੋਵੇ ਸੇਕ ਲੱਗੇ ਤੇ ਮੈਂ ਸਭ ਕੁਛ ਸਹਿ ਲੂੰਗਾ। ਇਹ ਚੱਲਿਆ ਉਦੋਂ ਕਿੱਥੋਂ, ਹੁਣ ਤੋਂ ਸ਼ੁਰੂ ਹੋਇਆ ਜਦੋਂ ਉਦੋਂ ਆਪਣੇ ਜਿਹੜਾ ਡੀ ਜੀ ਪੀ ਆ ਆਪਣਾ ਜਿਹੜਾ ਦੂਆ ਆ ਸੁਰੇਸ਼ ਸੈਣੀ ਉੱਥੇ ਤੇ ਪਹੁੰਚਿਆ ਤੇ ਹੁਣ ਇਹ ਤੁਰ ਪਿਆ ਲੈ ਕੇ। ਬਿਲਕੁਲ ਬਿਲਕੁਲ, ਹਕੀਕੀ ਗੱਲ ਹੈ ਜੀ, ਹਕੀਕੀ ਗੱਲ ਹੈ। ਮਿਹਰਬਾਨੀ। ਹੈਲੋ ਅਜਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੇ ਰੋਜ਼ ਇੰਤਜ਼ਾਰ ਕਰਦਾ ਸੀ ਜੀ, ਅੱਜ ਬਾਬਾ ਜੀ ਪਾਗਲ ਹੋਈ ਗਏ ਜੀ, ਸਰ ਪ੍ਰਗਟ ਹੋ ਗਏ ਜੀ। ਜੀ ਅੱਲਾਹ ਕੀ ਬਾਤੀ ਮੈਂ ਆਵਾਜ਼ ਨਹੀਂ ਹੋਤੀ, ਉਹ ਜੀ ਉਸ ਦਿਨ ਤਾਂ ਪ੍ਰਗਟ ਹੋਣਾ ਸੀ ਉਹਨਾਂ ਨੂੰ, ਕਿਉਂਕਿ ਮੇਰਾ ਜੀ ਬਹੁਤ ਅੱਛਾ ਹੋ ਰਿਹਾ। ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹੈਲੋ ਹੈਲੋ, ਹਾਂਜੀ ਯਾਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਪੱਤਰਕਾਰ ਨੇ ਇੱਕ ਨੇ ਸਵਾਲ ਕੀਤਾ ਇਹਨੂੰ ਕਿ ਵੀ ਤੁਸੀਂ ਦੱਸੋ ਜੀ ਉਹ ਐਨਕਾਊਂਟਰ ਵਾਲੀ ਤੁਸੀਂ ਗੱਲ ਕਹੀ ਸੀ ਆਉਣ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਇਨਕੁਆਇਰੀ ਕਰਾਓ, ਕਹਿੰਦਾ ਜੀ ਦੱਸੋ ਜੀ ਇਹ ਮਾਹੌਲ ਖਰਾਬ ਹੋ ਜਾਏਗਾ ਜੀ ਪੰਜਾਬ ਦਾ, ਮੈਂ ਇਸ ਕਰਕੇ ਨੀ ਕਰਾਉਣੀ। ਤਰਲੋਚਨ ਸਿੰਘ ਨੇ ਸਵਾਲ ਪੁੱਛਿਆ ਸੀ ਨੌਸਲ ਜੀ, ਤੇ ਇਹ ਜਵਾਬ ਨੀ ਦੇ ਸਕਿਆ ਉਹਨੂੰ, ਆਹ ਗੋਲ ਮੋਲ ਜਿਹਾ ਦਵਾ ਕੇ ਦੇਖਿਆ ਨਾ, ਹੁਣ ਮਾਹੌਲ ਖਰਾਬ ਹੋ ਜਾਊਗਾ ਪੰਜਾਬ ਦਾ ਜੀ ਇਹ ਕੁਛ ਕਰਿਆ ਤਾਂ। ਇਹ ਬਹੁਤ ਹੋਰ ਤਰ੍ਹਾਂ ਦਾ, ਇਹ ਬਹੁਤ ਬਹੁਤ ਇਹਨੇ ਕੋਈ 15-16 ਸਾਲ ਜੇਲ੍ਹ ਨੀ ਕੱਟੀ ਜੀ, ਇਹਨੇ 4 ਸਾਲ 4.5 ਸਾਲ ਜੇਲ੍ਹ ਕੱਟੀ ਹੈ ਸਾਰੀ। ਇਹ ਸਭ ਆਪਣੇ ਸੂਪਾਂ ਕਦਰ ਹੈ, ਉਹੀ ਕੁਛ ਨੀ ਹੈਗਾ ਜੀ ਕਿਸੇ ਦੇ ਕੋਈ ਕੋਲ। ਰਾਈਟ ਰਾਈਟ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਰਿਆਤ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮਾਨ ਸਾਹਿਬ ਸਤਿ ਸ਼੍ਰੀ ਅਕਾਲ। ਬਹੁਤ ਇੰਟਰਸਟਿੰਗ ਤੁਹਾਡਾ ਸਬਜੈਕਟ ਹੈ ਅੱਜ ਦਾ, ਔਰ ਮੈਨੂੰ ਲੱਗਦੀ ਹੈ ਕਿ ਜਿਸ ਤਰੀਕੇ ਦੇ ਨਾਲ ਐਸ ਆਈ ਟੀ ਚੱਲ ਰਹੀ ਹੈਗੀ ਹੈ, ਉਮਰਾ ਨੰਗਲ ਨੂੰ ਗ੍ਰਿਫਤਾਰੀ ਤੋਂ ਬਾਅਦ ਸੈਣੀ ਹੋਣਾ ਦੀ ਵਾਰੀ ਆਉਂਦੀ ਹੈ, ਤੇ ਜੇ ਜਦੋਂ ਉਹਨਾਂ ਦੀ ਆਉਣੀ ਹੈ ਉਹਨਾਂ ਨੂੰ ਸਮਨ ਕਰ ਲਿਆ ਉਹਨਾਂ ਨੇ, ਉਸ ਤੋਂ ਬਾਅਦ ਦੇਖੋ ਕੋਈ ਵੀ ਡੀ ਜੀ ਪੀ ਜਿਹੜਾ ਹੈਗਾ ਉਹ ਆਪਣੇ ਸਿਰ ਕਿਵੇਂ ਉਸ ਗੱਲ ਦਾ ਵਰਾ ਲੈਣਾ, ਉਹਨੇ ਤਾਂ ਕਹਿਣਾ ਡੀ ਜੀ ਪੀ ਬਾਅਦ ਦੀ ਗੱਲ ਹੈ, ਪਰਮਰਾਜ ਸਿੰਘ ਉਮਰਾ ਨੰਗਲ ਆਪਣੇ ਸਿਰ ਕਿਵੇਂ ਲਏਗਾ ਜੇਕਰ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਉੱਪਰੋਂ ਹੁਕਮ ਦਿੱਤਾ ਹੈ ਉਹਨਾਂ ਨੇ ਕਿ 200 ਬੰਦੇ ਲੈ ਕੇ ਉੱਥੇ ਜਾਓ ਆਪਣੀ ਮਰਜ਼ੀ ਨਾਲ। ਪਰਮਰਾਜ ਸਿੰਘ ਉਮਰਾ ਨੰਗਲ ਦਾ ਕੋਈ ਸਿਰ ਤੇ ਖਰਾਬ ਨਹੀਂ ਹੈ ਕਿ 200 ਬੰਦਿਆਂ ਦੀ ਫੋਰਸ ਰਾਤ ਨੂੰ ਲੈ ਕੇ ਫਰੀਦਕੋਟ ਪਹੁੰਚੇਗਾ। ਰਾਈਟ, ਦੂਜੀ ਰੇਂਜ ਦੇ ਵਿੱਚ ਜੇਕਰ ਡੀ ਜੀ ਪੀ ਨੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੇ ਤਹਿਤ ਉਹਨੂੰ ਹੁਕਮ ਦਿੱਤਾ ਹੋਏਗਾ ਤੇ ਨੈਚੁਰਲੀ ਹੈ ਕਿ ਉਹ ਉੱਥੇ ਗਏ ਹੋਣਗੇ, ਅਦਰਵਾਈਜ਼ ਪਰਮਰਾਜ ਉਮਰਾ ਨੰਗਲ ਆਪਣੇ ਆਪ ਥੋੜੀ ਗਿਆ ਜੀ ਉੱਥੇ। ਵੈਸੇ ਵੀ ਜੀ ਰਿਆਤ ਸਾਹਿਬ, ਜਿਹੜਾ 2 ਵਜੇ ਦੀ ਜਿਹੜੀ ਕਾਲ ਹੈ ਕਿਸੇ ਚੀਫ ਮਿਨਿਸਟਰ ਨੂੰ ਕਿਸੇ ਡੀ ਜੀ ਪੀ ਦੀ ਕਾਲ, ਅਨਯੂਜੁਅਲ ਸਰਕਮਸਟੈਂਸਸ ਤੋਂ ਬਿਨਾਂ ਹੋ ਨਹੀਂ ਸਕਦੀ ਉਹ। ਰਾਈਟ 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 ਰਾਈਟ, ਇਹ ਬੜੀ ਨੈਚੁਰਲ ਐਵੀਡੈਂਸ ਹੈ, ਕਿਉਂਕਿ ਨੋਰਮਲੀ ਹੁਣ ਦੇਖੋ ਉਹਨਾਂ ਦੇ ਪੀ ਏ ਨੇ, ਦੂਸਰੇ ਪ੍ਰਿੰਸੀਪਲ ਸੈਕਟਰੀ ਆ, ਦੂਜਾ ਤੀਜਾ, ਉਹ ਇਹੋ ਜਿਹੀਆਂ ਕਾਲ ਜਿਹੜੀਆਂ ਹੈਗੀਆਂ ਨੇ ਉਹ ਤਾਂ ਦਿਨ ਵੇਲੇ ਵੀ ਨਹੀਂ ਅਗਲੇ ਲੈਂਦੇ ਕਿ ਆਫ ਟਾਈਮ ਤੋਂ ਬਾਅਦ, ਤੇ ਰਾਤ ਨੂੰ 2 ਵਜੇ ਤੱਕ ਜਿਹੜੀ ਗੱਲ ਹੋ ਰਹੀ ਹੈਗੀ ਹੈ ਉਹਦਾ ਹੁਣ ਕੋਈ ਕੋਈ ਆਮ ਗੱਲ ਕਰਨ ਵਾਸਤੇ ਕਿਵੇਂ ਹੈ ਹੁਣ ਜਦੋਂ ਇਹ ਕੋਰਟ ਕੇਸ ਬਣਨਾ ਹੈ ਉਹਦੇ ਵਿੱਚ ਤਾਂ ਜਿਹੜਾ ਜੱਜ ਹੈ ਮੇਰਾ ਖਿਆਲ ਉਹਨੂੰ ਵੀ ਇਹ ਗੱਲ ਸਮਝ ਆਉਂਦੀ ਪਈ ਹੈਗੀ ਵੀ ਉਸ ਵੇਲੇ ਕੀ ਗੱਲ ਹੋ ਸਕਦੀ ਹੈ, ਕੋਈ ਗੈਰ ਜ਼ਰੂਰੀ ਗੱਲ ਤਾਂ ਹੋ ਨਹੀਂ ਸਕਦੀ। ਮਾਨ ਸਾਹਿਬ ਬਿਲਕੁਲ ਤੁਹਾਡੀ ਗੱਲ ਹਕੀਕੀ ਰੂਪ ਦੇ ਵਿੱਚ ਟੈਕਨੀਕਲੀ ਸਹੀ ਹੈ। ਦੋਸਤੋ, ਪ੍ਰੋਗਰਾਮ ਨੂੰ ਜਾਰੀ ਰੱਖਾਂਗੇ ਇਸੇ ਤਰ੍ਹਾਂ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਾਜ਼ਰ ਹੋਏ ਤੁਹਾਡੀ ਖਿਦਮਤ ਦੇ ਵਿੱਚ, ਲਵਾਂਗੇ ਕੁਝ ਕਾਲਸ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਦਰਸ਼ਨ ਬੋਲਦਾ ਜੀ ਲੋਸ ਐਂਜਲਸ ਤੋਂ। ਹਾਂ ਜੀ ਦਰਸ਼ਨ ਜੀ, ਸਤਿ ਸ਼੍ਰੀ ਅਕਾਲ, ਕੀ ਕਹੋਗੇ ਜੀ? ਗੱਲ ਹੈ ਰਿਆਤ ਸਾਹਿਬ, ਇਹ ਦੋਹੇ ਚੋਰ ਕੁੱਤੀ ਰਲੇ ਹੋਏ ਆ, ਇਹ ਸਿਰਫ ਡਰਾਮਾ ਕਰ ਰਹੇ ਆ ਇਲੈਕਸ਼ਨਾਂ ਲਈ। ਇਹਨਾਂ ਨੂੰ ਜੇ ਕਰਨਗੇ ਵੀ ਨਾ ਇੱਕ ਅੱਧਾ ਦਿਨ ਅੰਦਰ ਘੰਟੇ ਬਾਅਦ ਇਹਨਾਂ ਦੀ ਜਮਾਨਤ ਹੋ ਜਾਣੀ ਹੈ। ਇਹ ਸਾਰਾ ਡਰਾਮਾ ਹੈ ਮੈਂ ਸਮਝਦਾ। ਜਦੋਂ ਉਧਰੋਂ ਥੋੜੀ ਜਿਹੀ ਮੋਦੀ ਵੱਲੋਂ ਇਹਦੀ ਤਾਰ ਹਿੱਲੀ ਨਾ, ਉਹਨੇ ਉਧਰੋਂ ਭੱਜਣਾ ਆਪਣੇ ਕੈਪਟਨ। ਨਹੀਂ, ਵਿਕਰਮ ਹੋਣਾ ਨੇ ਤਾਂ ਇਹ ਗੱਲ ਕਹਿ ਦਿੱਤੀ ਹੈ, ਮਜੀਠੀਆ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਮੀਡੀਆ ਨੂੰ ਕਈ ਗੱਲ ਹੈ ਕਿ ਜੇ ਬੰਦੇ ਅੰਦਰ ਜਾਂਦੇ ਉਹ ਕਿਹੜੇ ਬਾਹਰ ਨਹੀਂ ਆਉਂਦੇ ਮੁੜ ਕੇ। ਮੈਂ ਤਾਂ ਉਹੀ ਗੱਲ ਨਾ, ਇਹਨਾਂ ਤੋਂ ਘੰਟਾ ਵੀ ਨੀ ਰੱਖਣਾ, ਉਹਨਾਂ ਨੇ ਤੁਹਾਨੂੰ ਤੇਰੇ ਸਾਹਮਣੇ ਹੈ ਡਰਾਮਾ ਹੋਣਾ, ਕਿਉਂਕਿ ਮੋਦੀ ਆਪਦਾ ਜਿੱਤਣ ਨੂੰ ਫਿਰਦਾ ਹੈ।
ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਜਿਹੜਾ ਹੁਣ ਜਿੱਦਾਂ ਇਹ ਬਰਗਾੜੀ ਮੋਰਚਾ ਅਖੀਰ ਤੇ ਜਾ ਕੇ ਖਤਮ ਹੋ ਗਿਆ, ਹੁਣ ਸਿਰੇ ਤੇ ਗਿਆ ਹੈ ਰਿਆੜ ਸਾਹਿਬ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਹੁਣੇ ਸੁਣ ਲਿਆ ਸੀਗਾ ਭਾਈ, ਕੋਈ ਕਹਿੰਦਾ 17 ਸਾਲ ਕੱਟੀ ਆ, ਕੋਈ ਕਹਿੰਦਾ 4 ਸਾਲ ਕੱਟੀ, 4.5। ਮੇਰੇ ਕੋਲ ਅਖਬਾਰ ਦੀ ਕਟਿੰਗ ਪਈ ਆ, ਜੇ ਅੱਜ ਟੋਟਲ 10 ਦਿਨ ਅੰਦਰ ਰਹੇ ਆ ਸਾਰੀ। ਮੇਰੇ ਕੋਲ ਅਖਬਾਰ ਚ ਆਇਆ ਕਿੰਨੇ ਕੇਸ, ਕੇਸ ਚ ਕਿੰਨੀ ਹੋਈ, ਕਿਤੇ ਇੱਕ ਦਿਨ ਕੱਟਿਆ, ਕਿਤੇ 2 ਦਿਨ, ਟੋਟਲ 10 ਦਿਨ ਅੰਦਰ ਰਹੇ ਆ। ਉਹ ਅਕਾਲੀਆਂ ਕੋਈ ਲੋਕਾਂ ਨੇ 17 ਸਾਲ ਜੇਲ੍ਹ ਕੱਟੀ ਆ। ਕ੍ਰੈਡਿਟ ਲੈਣ ਦੀਆਂ ਗੱਲਾਂ ਹੋ ਰਹੀਆਂ ਨੇ ਜੀ, ਜਿਸ ਤਰ੍ਹਾਂ ਮਰਜ਼ੀ। ਮੌਜੂਦਾ ਹਾਲਾਤ ਦੇ ਵਿੱਚ ਮੈਂ ਸਮਝਾਂਗਾ ਕਿ ਜ਼ਰੂਰ ਪੰਜਾਬ ਦੀ ਸਾਰ ਜਿਹੜੀ ਹੈ ਉਹ ਕਿਸੇ ਨੂੰ ਵੀ ਨਹੀਂ ਹੈ, ਔਰ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ, ਪੰਜਾਬ ਦੇ ਲੋਕਾਂ ਦੇ ਮਸਲਿਆਂ ਦੀ ਸਾਰ ਨਹੀਂ ਹੈ। ਸਿਰਫ ਰਾਜਨੀਤਿਕ ਲੋਕ ਅਖਬਾਰਾਂ ਦੇ ਉੱਤੇ ਸੁਰਖੀਆਂ ਲਾ ਕੇ ਉਹਨਾਂ ਦੀਆਂ ਬੁਰਕੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਵੰਡ ਰਹੇ ਨੇ। ਪਰ ਗੱਲ ਤਾਂ ਇਹ ਆ ਜੀ, ਜੇ ਗੁਰੂ ਸਾਹਿਬ ਨੇ ਇੱਦਾਂ ਕੀਤਾ ਆ, ਦੇਰ ਆਏ ਉਹ ਕਦੀ ਨਾ ਕਦੀ ਉਹਨਾਂ ਨੂੰ ਦੇਣਾ ਪੈਂਦਾ ਹੀ ਆ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਪ੍ਰੋਗਰਾਮ ਨੂੰ ਹੋਰ ਅੱਗੇ ਨਹੀਂ ਲਿਜਾ ਸਕਦਾ, ਕੱਲ੍ਹ ਨਵੇਂ ਇੱਕ ਵਿਸ਼ੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ, ਹਕੀਕਤਾਂ ਦਾ ਸਫ਼ਰ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਨੂੰ ਇਜਾਜ਼ਤ ਦੇਣੀ ਪਏਗੀ, ਜਿਹੜੇ ਭੈਣ ਭਰਾਵਾਂ ਦੀਆਂ ਕਾਲਸ ਨਹੀਂ ਲੈ ਸਕੇ ਉਹਨਾਂ ਨੂੰ ਗੁਜ਼ਾਰਿਸ਼ ਹੈ, ਜਸਟ ਈਮੇਲ ਵੀ riyad@justbroadcasting.com ਔਰ info@justbroadcasting.com। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ। ਰੱਬ ਰਾਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।